ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਸਤਿਗੁਰ ਦਾਤਾ ਦਿਆਲ ਹੈ ਜਿਸਨੋ ਦਇਆ ਸਦਾ ਹੋਇ ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਇ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਇ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋ ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋ ਨਾਨਕ ਕਰਤਾ ਸਭ ਕਿਛ ਜਾਣਦਾ ਜਦੋਂ ਕਿਛ ਗੁਜਾ ਨਾ ਹੋ ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਸਰਬੱਤ ਸੰਗਤ ਨੇ ਬੜੇ ਅਦਬ ਬੜੇ ਸਤਿਕਾਰ ਸਹਿਤ ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਮੇਰੇ ਤੋਂ ਪਹਿਲਾਂ ਗੁਰਬਾਣੀ ਅਤੇ ਇਤਿਹਾਸ ਦੇ ਮਹਾਨ ਵਿਚਾਰ ਗੁਰੂ ਸਵਾਰਿਆਂ ਪਾਸੋਂ ਬੜੇ ਸਤਿਕਾਰ ਸਹਿਤ ਸ਼ਰਵਣ ਕੀਤੇ ਹਨ। ਭਾਵੇਂ ਕਿ ਸਮਾਂ ਮੌਸਮ ਗਰਮੀ ਦਾ ਹੈ, ਫਿਰ ਵੀ ਆਪ ਸਾਰੇ ਨਗਰ ਨਿਵਾਸੀਆਂ ਨੇ ਸਿੱਖੀ ਲਹਿਰ ਦੇ ਤਹਿਤ ਇਸ ਸਮਾਗਮ ਨੂੰ ਉਲੀਕਿਆ ਹੈ ਔਰ ਬੜੇ ਹੀ ਇਕਾਗਰਤਾ ਸਹਿਤ ਗੁਰਮਤਿ ਸਮਾਗਮਾਂ ਦੇ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਸਾਡੇ ਮਹਾਨ ਪੁਰਖਿਆਂ ਦਾ ਰਚਿਆ ਹੋਇਆ ਇਤਿਹਾਸ ਸਾਨੂੰ ਕੀ ਸਿੱਖਿਆ ਦਿੰਦਾ ਹੈ, ਕੀ ਪ੍ਰੇਰਨਾ ਬਖਸ਼ਿਸ਼ ਕਰਦਾ ਹੈ ਅਤੇ ਕਿਹੜੀਆਂ ਕਿਹੜੀਆਂ ਉਹ ਮੁਸ਼ਕਲਾਂ ਹਨ ਜਿਹੜੀਆਂ ਸਾਡੇ ਜੀਵਨ ਵਿੱਚ, ਅੱਜ ਸਾਡੇ ਸਮਾਜ ਵਿੱਚ, ਸਾਡੇ ਘਰਾਂ ਵਿੱਚ ਵਾਪਰ ਰਹੀਆਂ ਨੇ, ਉਹਨਾਂ ਸਭਨਾਂ ਤੋਂ ਅਸੀਂ ਕਿਸ ਢੰਗ ਨਾਲ ਮੁਕਤ ਹੋਣਾ ਹੈ, ਇਹ ਵਿਚਾਰਾਂ
ਆਪਾਂ ਸਾਰੇ ਹੀ ਰਲ ਮਿਲ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਮਤ ਬੁੱਧ ਅਨੁਸਾਰ ਸਾਂਝੀਆਂ ਕਰ ਰਹੇ ਹਾਂ। ਆਓ ਅਗਲੇਰੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਾਨੂੰ ਸਾਰਿਆਂ ਨੂੰ ਬੜੇ ਪਿਆਰ ਨਾਲ ਸਾਨੂੰ ਸਾਰਿਆਂ ਨੂੰ ਬੜੀ ਮਿੱਠੀ ਆਵਾਜ਼ ਵਿੱਚ ਸੱਦਾ ਦਿੰਦਿਆਂ ਆਵਾਜ਼ਾਂ ਮਾਰਦਿਆਂ ਇਹ ਪ੍ਰੇਰਨਾ ਕੀਤੀ। ਆਪਾਂ ਸਾਰਿਆਂ ਨੇ ਸਤਿਗੁਰੂ ਜੀ ਦੇ ਉਚਾਰਨ ਕੀਤੇ ਪਾਵਨ ਬੋਲ ਰਲ ਮਿਲ ਕੇ ਪੜ੍ਹਦੇ ਨੇ। ਸਾਰੇ ਹੀ ਮਾਈ ਭਾਈ ਸਤਿਗੁਰੂ ਜੀ ਦੀ ਇਹ ਪਾਵਨ ਬਾਣੀ ਦਾ ਕਥਨ ਆਪਣੀ ਮੁਬਾਰਕ ਰਸਨਾ ਤੋਂ ਪੜ੍ਹਨ ਦਾ ਯਤਨ ਕਰਿਓ, ਕੋਈ ਰਸਨਾ ਵਾਂਝੀ ਨਾ ਰਹੇ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ, ਸਤਿ ਸੰਗਤ ਜੀ। ਵੈਸੇ ਤਾਂ ਕਿਉਂਕਿ ਸਾਨੂੰ ਧਰਮ ਪ੍ਰਚਾਰਕ ਹੋਣ ਦੇ ਨਾਤੇ ਹਰ ਭਾਰਤ ਦੇ, ਭਾਰਤ ਤੋਂ ਬਾਹਰ ਦੇ ਔਰ ਪੰਜਾਬ ਦੇ ਕੋਨੇ ਕੋਨੇ ਵਿੱਚ ਜਾਣ ਦਾ ਮੌਕਾ ਬਣਦਾ। ਕੁਝ ਜਗ੍ਹਾ 'ਤੇ ਐਸਾ ਮਾਹੌਲ ਨਹੀਂ ਹੁੰਦਾ ਵੀ ਤੁਸੀਂ ਜਦੋਂ ਬਾਣੀ ਪੜ੍ਹੋ ਅਤੇ ਮਗਰ ਸੰਗਤਾਂ ਬੋਲਣ। ਕਾਰਨ ਇਹ ਹੁੰਦਾ ਹੈ ਵੀ ਕੁਝ ਥਾਵਾਂ ਐਸੀਆਂ ਹੁੰਦੀਆਂ ਨੇ ਜਿੱਥੇ ਇਹ ਆਦਤ ਅਸੀਂ ਪ੍ਰਚਾਰਕਾਂ ਨੇ ਹੀ ਨਹੀਂ ਪਾਈ ਹੁੰਦੀ, ਅਤੇ ਕਈ ਵਾਰ ਸੰਗਤ ਜਿਹੜੀ ਉਹ ਝਿਜਕਦੀ ਹੈ ਉਹਨਾਂ ਦੇ ਮਾਂ। ਅਸੀਂ ਇੱਕ ਦੂਜੇ ਵੱਲ ਜਦੋਂ ਵੇਖਦੇ ਹਾਂ ਨਾ, ਸਾਡੇ ਮਨਾਂ ਅੰਦਰ ਇੱਕ ਝਿਜਕ ਆਉਂਦੀ ਹੈ ਕਿ ਮੈਂ ਕਿਉਂ ਬੋਲਾਂ, ਨਾਲ ਵਾਲਾ ਨਹੀਂ ਬੋਲਦਾ, ਦੂਜਾ ਨਹੀਂ ਬੋਲਦਾ, ਤੀਜਾ ਨਹੀਂ ਬੋਲਦਾ। ਅੱਜ ਯੁੱਗ ਹੈ ਮੀਡੀਏ ਦਾ, ਗਾਣੇ ਅਕਸਰ ਹੀ ਤੁਸੀਂ ਬੱਸ 'ਚ ਬਹਿ ਜਾਓ ਉੱਥੇ ਵੀ ਗਾਣੇ ਲੱਗੇ ਨੇ, ਤੁਸੀਂ ਕਿਸੇ ਅੱਡੇ 'ਤੇ ਖਲੋਤੇ ਬੱਸ ਉਡੀਕਦੇ ਹੋ ਉੱਥੇ ਵੀ ਗਾਣੇ ਲੱਗੇ ਨੇ। ਉਹ ਜਿੰਨਾ ਕੁਝ ਅਸੀਂ ਸੁਣਦੇ ਹਾਂ ਨਾ ਬਹੁਤਿਆਂ ਨੂੰ ਯਾਦ ਹੋ ਜਾਂਦਾ। ਨਿੱਕੇ ਨਿੱਕੇ ਨਿਆਣੇ ਵੀ ਤੁਹਾਨੂੰ ਗਾਣੇ ਗਾਉਂਦੇ ਹੋਏ ਗਲੀਆਂ ਦੇ ਵਿੱਚ ਸੁਣ ਪੈਣਗੇ, ਕਈ ਤਾਂ ਬਜ਼ੁਰਗਾਂ ਨੂੰ ਵੀ ਯਾਦ ਹੋ ਗਏ ਨੇ। ਇਹਦਾ ਭਾਵ ਹੈ ਵੀ ਜੋ ਅਸੀਂ ਅੱਜ ਤੱਕ ਸੁਣਿਆ ਹੈ, ਜੋ ਸਾਡੇ ਆਲੇ ਦੁਆਲੇ ਸਾਨੂੰ ਸੁਣਾਇਆ ਜਾ ਰਿਹਾ, ਉਹ ਸਾਡੇ ਦਿਮਾਗ ਵਿੱਚ ਘਰ ਘਰ ਗਿਆ, ਅਤੇ ਜਿਹੜੀ ਗੱਲ ਸਾਡੇ ਦਿਮਾਗ 'ਚ ਸਾਡੇ ਮਨ 'ਚ ਬਹਿ ਜਾਂਦੀ ਹੈ ਉਹ ਚੀਜ਼ ਹੀ ਸਾਡੇ ਵਿਹਾਰ ਦਾ, ਸਾਡੇ ਕੰਮ ਦਾ ਹਿੱਸਾ ਬਣ ਜਾਂਦੀ ਹੈ। ਉਹੋ ਜਿਹਾ ਬੰਦੇ ਦਾ ਦਿਮਾਗ ਹੋ ਜਾਂਦਾ, ਸੋਚਣੀ ਬਣ ਜਾਂਦੀ ਹੈ ਜਿਹੋ ਜਿਹੀਆਂ ਗੱਲਾਂ ਉਹ ਸੁਣਦਾ ਹੈ। ਇੱਕ ਉਦਾਹਰਣ ਦਿਆਂ, ਬੱਚਾ ਸਭ ਤੋਂ ਪਹਿਲਾਂ ਸੁਣਦਾ ਹੈ ਅਤੇ ਫਿਰ ਬੋਲਣਾ ਸਿੱਖਦਾ। ਅਸੀਂ ਬੱਚੇ ਨੂੰ ਸੁਣਾਉਂਦੇ ਹਾਂ, ਜੇ ਭਲਾ ਬਿਹਾਰ ਵਿੱਚ ਜੰਮਿਆ ਹੋਇਆ ਬੱਚਾ ਪੰਜਾਬ ਵਿੱਚ ਕੋਈ ਮਾਂ ਪਿਓ ਗੋਦ ਲੈ ਲਵੇ ਉਹਨੂੰ, ਤਾਂ ਉਹ ਸੁਭਾਵਕ ਹੀ ਪੰਜਾਬੀ ਬੋਲੇਗਾ। ਕਿਉਂ ਬੋਲੇਗਾ? ਕਿਉਂਕਿ ਉਹਨੂੰ ਸੁਣਾਉਣ ਵਾਲੇ ਪੰਜਾਬੀ ਹੋਣਗੇ। ਜੇ ਪੰਜਾਬ ਵਿੱਚ ਜਨਮਿਆ ਹੋਇਆ ਬੱਚਾ ਜਿਸ ਘਰ 'ਚ ਪੰਜਾਬੀ ਬੋਲਣ ਵਾਲੇ ਲੋਕ ਨੇ, ਹਿੰਦੀ ਬੋਲਣ ਵਾਲੇ ਪਰਿਵਾਰ ਵਾਲੇ ਉਹਨੂੰ ਗੋਦ ਲੈ ਲੈਣ ਨਿੱਕੇ ਜਿਹੇ ਨੂੰ, ਉਹ ਬੱਚਾ ਜਦੋਂ ਬੋਲਣਾ ਸ਼ੁਰੂ ਕਰੇਗਾ ਤਾਂ ਹਿੰਦੀ 'ਚ ਬੋਲਣਾ ਸ਼ੁਰੂ ਕਰੇਗਾ। ਕਿਉਂ ਭਲਾ? ਕਿਉਂਕਿ ਉਹਦੇ ਕੰਨਾਂ 'ਚ ਜਿਹੜੀ ਆਵਾਜ਼ ਪਾਈ ਜਾ ਰਹੀ ਹੈ ਉਹ ਹੀ ਭਾਸ਼ਾ ਉਹਦੀ ਜ਼ਬਾਨ ਤੋਂ ਨਿਕਲਣੀ ਹੈ। ਸਭ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਸੁਣਿਆ ਅਤੇ ਫਿਰ ਅਸੀਂ ਬੋਲਣਾ ਸਿੱਖਿਆ। ਡਾਕਟਰਾਂ ਦਾ ਇੱਕ ਨੁਕਤਾ, ਉਹ ਕਹਿੰਦੇ ਨੇ ਜਿਹੜਾ ਬੱਚਾ ਜਮਾਂਦਰੂ ਬੋਲਾ ਹੁੰਦਾ ਹੈ ਨਾ, ਜਿਹਨੂੰ ਸੁਣਾਈ ਨਹੀਂ ਦਿੰਦਾ, ਜਿਹਦੇ ਕੰਨ ਕੰਮ ਨਹੀਂ ਕਰਦੇ, ਉਹ ਗੂੰਗਾ ਵੀ ਹੁੰਦਾ।
ਕਾਰਨ ਉਹਨੇ ਸੁਣਿਆ ਕੁਝ ਨਹੀਂ, ਉਹਨੇ ਬੋਲਣਾ ਕੀ ਹੈ। ਜੇ ਉਹਦੇ ਦਿਮਾਗ 'ਚ ਕੁਝ ਜਾਏਗਾ ਤਾਂ ਉਹ ਵਾਪਸ ਬੋਲੇਗਾ ਨਾ। ਇਸ ਕਰਕੇ ਆਪਾਂ ਸਾਰੇ ਬੱਚਿਆਂ ਨੂੰ ਬੋਲਣਾ ਸਿਖਾਉਂਦੇ, ਉਹਦੇ ਨਾਲ ਗੱਲਾਂ ਕਰਦੇ। ਵੇਖੋ 60 ਸਾਲ ਦਾ ਬਾਪੂ ਵੀ ਬੱਚੇ ਨਾਲ ਤੋਤਲੀ ਆਵਾਜ਼ ਵਿੱਚ ਗੱਲ ਕਰਦਾ। ਹੁਣ ਸੁਣਨ ਵਾਲਾ ਆ ਕੇ ਵੀ ਵੇਖੋ, ਸਿਆਣਾ ਬਿਆਣਾ ਬੰਦਾ ਇੰਨੀ ਉਮਰ ਇਹਦੀ, ਦੋਤਿਆਂ ਪੋਤਿਆਂ ਵਾਲਾ, ਨਿਆਣਿਆਂ ਨਾਲ ਕਿਹੋ ਜਿਹੀਆਂ ਗੱਲਾਂ ਕਰਦਾ। ਆਪਾਂ ਨੂੰ ਅਕਸਰ ਕਈ ਵਾਰ ਐਸਾ ਲੱਗਦਾ, ਵੇਖੋ ਨਿਆਣਿਆਂ ਨਾਲ ਨਿਆਣੇ ਬਣਨਾ ਪੈਂਦਾ। ਕਿਉਂ ਭਲਾ? ਕਿਉਂਕਿ ਉਹਨੂੰ ਬੋਲਣਾ ਸਿਖਾਉਣਾ ਹੈ, ਅਤੇ ਉਹ ਤਾਂ ਹੀ ਬੋਲੇਗਾ ਜੇ ਅਸੀਂ ਉਹਦੇ ਨਾਲ ਉਹੋ ਜਿਹੀ ਜ਼ਬਾਨ ਵਿੱਚ ਗੱਲ ਕਰਾਂਗੇ। ਜੋ ਸ਼ਬਦ ਉਹਦੇ ਕੰਨਾਂ ਵਿੱਚ ਪਾਵਾਂਗੇ, ਉਹ ਤਾਂ ਬੋਲਣਾ ਸ਼ੁਰੂ ਕਰੇਗਾ। ਇਹ ਮੋਟੀ ਜਿਹੀ ਗੱਲ ਹੈ। ਇਸ ਕਰਕੇ ਸਤਿਗੁਰੂ ਸਾਨੂੰ ਬਾਣੀ ਵਿੱਚ ਆਖਦੇ ਨੇ ਵੀ ਚੰਗੀ ਸੰਗਤ ਮਨੁੱਖ ਨੂੰ ਆਪਣੇ ਜੀਵਨ ਵਿੱਚ ਰੋਜ਼ਾਨਾ ਕਰਨੀ ਚਾਹੀਦੀ ਹੈ। ਬਾਣੀ ਪੜ੍ਹਨ ਵਾਸਤੇ ਬਾਣੀ ਸੁਣਨੀ ਚਾਹੀਦੀ ਹੈ, ਸੰਗਤ ਵਿੱਚ ਬਹਿਣਾ ਚਾਹੀਦਾ, ਚੰਗੇ ਲੋਕਾਂ ਦੀ ਸੋਭਤ ਵਿੱਚ ਬੈਠਣਾ ਚਾਹੀਦਾ। ਪੁਰਾਣੇ ਸਮੇਂ ਹੁੰਦੇ ਸਨ, ਬਜ਼ੁਰਗ ਪਿੰਡ ਦੀ ਸੱਥ ਵਿੱਚ ਬੈਠੇ ਹੁੰਦੇ ਸਨ, ਉਹ ਜਗ੍ਹਾ ਦੇ ਉੱਤੇ ਕਿਸੇ ਨੇ ਵੀ ਕੋਈ ਸਲਾਹ ਮਸ਼ਵਰਾ ਕੋਈ ਕੰਮ ਕਰਨਾ ਹੁੰਦਾ ਤਾਂ ਉਹਨੇ ਆਖਣਾ ਵੀ ਚਲੋ ਬਜ਼ੁਰਗਾਂ ਨੂੰ ਪੁੱਛ ਲਏ ਨੇ। ਉਹਨੂੰ ਕੋਈ 60 ਸਾਲ ਦਾ, ਕੋਈ 70 ਸਾਲ ਦਾ, ਕੋਈ 80 ਸਾਲ ਦਾ ਬਜ਼ੁਰਗਾਂ ਕੋਲ ਤਜ਼ਰਬਾ ਹੁੰਦਾ ਸੀ, ਲੋਕ ਉਹਨਾਂ ਕੋਲੋਂ ਸਿੱਖਣ ਵਾਸਤੇ ਜਾਇਆ ਕਰ। ਅੱਜ ਭਾਵੇਂ ਉਹ ਮਾਹੌਲ ਨਹੀਂ ਰਹਿ ਗਿਆ, ਅੱਜ ਤਾਂ ਮੇਰੇ ਬਾਪੂ ਵੀ ਤਾਸ਼ ਕੁੱਟਣ ਤੋਂ ਬਿਨਾਂ ਹੋਰ ਕੋਈ ਦੂਜਾ ਕੰਮ ਕਰਕੇ ਖੁਸ਼ ਨਹੀਂ, ਕਿਉਂਕਿ ਉਹ ਮਾਹੌਲ ਚੱਲਿਆ ਗਿਆ। ਅੱਜ ਕੋਈ ਬੱਚਿਆਂ ਨੂੰ ਰੋਕੇ ਤਾਂ ਕਿਵੇਂ ਰੋਕੇ, ਕਿਉਂਕਿ ਵੱਡੇ ਜਿਹਨਾਂ ਦੇ ਬਜ਼ੁਰਗਾਂ ਦੀ ਉਹ ਸੋਭਤ ਵਿੱਚ ਉਹਨਾਂ ਨੇ ਬੈਠਣਾ ਅਤੇ ਚੰਗੀਆਂ ਆਦਤਾਂ ਸਿੱਖਣੀਆਂ, ਸਾਨੂੰ ਗਵਾਚ ਗਿਆ ਸਾਰਾ ਕੁਝ, ਸੱਥਾਂ ਗਵਾਚ ਗਈਆਂ ਨੇ, ਬਜ਼ੁਰਗ ਖਿੰਡ ਪੁੰਡ ਗਏ ਨੇ। ਅੱਜ ਸਾਡੇ ਕੋਲ ਦੋ ਕੰਮਾਂ ਲਈ ਵਿਹਲ ਰਹਿ ਗਿਆ, ਜਾਂ ਤਾਂ ਅਸੀਂ ਡੇਰਿਆਂ ਦੀ ਹਾਜ਼ਰੀ ਭਰ ਸਕਦੇ ਹਾਂ, ਮੇਲੇ ਮੱਸਿਆ ਚਲੇ ਗਏ, ਅਤੇ ਦੂਜਾ ਕੰਮ ਇਹ ਵੀ ਜਾਂ ਰੈਲੀਆਂ ਆ ਜਾਂਦੀਆਂ ਨੇ। ਬਜ਼ੁਰਗ ਇੰਨੇ ਕੁ ਕੰਮਾਂ 'ਚ ਹੀ ਹੰਬੇ ਰਹਿੰਦੇ ਨੇ। ਪਿੰਡ ਵਾਸਤੇ ਕਿਸੇ ਬਜ਼ੁਰਗ ਕੋਲ ਟਾਈਮ ਹੈ ਨਹੀਂ, ਕੋਈ ਪੰਜਾਬ ਦਾ ਐਸਾ ਪਿੰਡ ਨਹੀਂ ਜਿੱਥੇ ਬਜ਼ੁਰਗ ਜੁੜ ਕੇ ਬਹਿਣ ਅਤੇ ਸੋਚਣ ਬਈ ਆਪਾਂ ਆਪਣੇ ਇਲਾਕੇ ਨੂੰ ਆਪਣੇ ਪਿੰਡ ਨੂੰ ਸਵਾਰਨ ਦਾ ਕੋਈ ਉੱਦਮ ਕੋਈ ਯਤਨ ਕਰੀਏ। ਇਹ ਠੀਕ ਹੈ ਵੀ ਮੇਰੇ ਬਾਬੇ ਅੱਜ ਇਕੱਠੇ ਹੋ ਕੇ ਗਿਲਾ ਜ਼ਰੂਰ ਕਰਦੇ ਨੇ, ਜਵਾਨੀ ਭੜਕ ਗਈ ਹੈ, ਇਹ ਨਸ਼ੇ ਕਰਦੀ ਹੈ, ਇਹ ਪੁੱਠੇ ਰਾਹ ਪੈ ਗਈ ਹੈ, ਖਿਮਾ ਕਰਨਾ ਜੇ ਜਵਾਨੀ ਵਿਗੜ ਗਈ ਹੈ ਅਤੇ ਆਪਾਂ ਇਹਦੇ ਲਈ ਸਵਾਰਨ ਵਾਸਤੇ ਕੋਈ ਹੰਬੜਾ ਮਾਰਿਆ ਕਿ ਨਹੀਂ ਮਾਰਿਆ। ਜਿਨ੍ਹਾਂ ਵੱਲ ਆਪਾਂ ਮੂੰਹ ਕਰਦੇ ਹਾਂ ਨਾ, ਜਥੇਦਾਰਾਂ ਵੱਲ, ਲੀਡਰਾਂ ਵੱਲ, ਉਹਨਾਂ ਕੱਖ ਨਹੀਂ ਜੇ ਕਰਨਾ। ਉਹ ਤਾਂ ਸ਼ਰਾਬ ਦੀ ਇੱਕ ਇੱਕ ਬੋਤਲ ਦੇ ਕੇ ਵੋਟ ਖਰੀਦਣ ਵਾਲੇ ਲੋਕ ਨੇ, ਉਹਨਾਂ ਦਾ ਕੰਮ ਤਾਂ ਚੱਲ ਰਿਹਾ। ਇੱਕ ਉਦਾਹਰਣ ਤੁਹਾਨੂੰ ਦੇਣਾ, ਇੱਕ ਮੁੱਲਾ ਨਸੀਰੂਦੀਨ ਦੇ ਕਿੱਸੇ ਮਿਲਦੇ ਨੇ ਬਾਜ਼ਾਰ ਵਿੱਚ। ਮੈਂ ਇੱਕ ਕਿੱਸਾ ਪੜ੍ਹਿਆ, ਕਹਿੰਦੇ ਇੱਕ ਬੜਾ ਉਸਤਾਦ ਬੰਦਾ, ਬੜਾ ਪੜ੍ਹਿਆ ਲਿਖਿਆ ਬੰਦਾ, ਇਹ ਅਰਬ ਦੇ ਮੁਲਕਾਂ ਦੀ ਗੱਲ ਹੈ, ਪੁਰਾਣੇ ਸਮਿਆਂ ਦੇ ਵਿੱਚ ਘੋੜੇ, ਖੱਚਰਾਂ, ਗਧੇ, ਊਠ ਇਹ ਚੀਜ਼ਾਂ ਹੁੰਦੀਆਂ ਸਨ ਸਫ਼ਰ ਕਰਨ ਵਾਸਤੇ। ਅੱਜ ਤਾਂ ਸਾਡੇ ਕੋਲ ਕਾਰਾਂ, ਗੱਡੀਆਂ, ਮੋਟਰਸਾਈਕਲ, ਬੜਾ ਕੁਝ ਆ ਗਿਆ। ਉਹਨਾਂ ਸਮਿਆਂ 'ਚ ਲੋਕ ਇਹਨਾਂ ਚੀਜ਼ਾਂ 'ਤੇ ਸਫ਼ਰ ਕਰਦੇ ਸਨ। ਉਹ ਬੜਾ ਦਾਨਾ ਪੜ੍ਹਿਆ ਲਿਖਿਆ ਉਸਤਾਦ ਬੰਦਾ, ਉਹ ਖੋਤੇ 'ਤੇ ਚੜ੍ਹਿਆ ਆਵੇ ਅਤੇ ਅੱਗੋਂ ਉਹਨੂੰ ਉਹਦਾ ਮਿੱਤਰ ਮਿਲ ਗਿਆ, ਅਤੇ ਉਹਦਾ ਮਿੱਤਰ ਬੜਾ ਮਖੌਲੀ ਸੀ। ਜਿਵੇਂ ਅਕਸਰ ਕਈਆਂ ਨੂੰ ਆਦਤ ਹੁੰਦੀ ਹੈ ਮਖੌਲ ਕਰਨਾ, ਬੰਦਾ ਮਿਲਿਆ ਅਤੇ ਉਹਨੂੰ ਮਖੌਲ ਕਰਦੇ ਨੇ ਵੀ ਸਾਡਾ ਮਿੱਤਰ ਹੈ। ਉਹਦਾ ਮਿੱਤਰ ਅੱਗੋਂ ਮਿਲਿਆ, ਕਹਿਣ ਲੱਗਿਆ ਵੀ ਗੱਲ ਸੁਣ, ਤੂੰ ਬੜਾ ਪੜ੍ਹਿਆ ਲਿਖਿਆ ਹੈ, ਬੜਾ ਦਾਨਾ ਹੈ, ਬੜਾ ਸਿਆਣਾ ਹੈ, ਤੇਰੇ ਕੋਲ ਕਿੰਨੇ ਵਿਦਿਆਰਥੀ ਪੜ੍ਹਨ ਵਾਸਤੇ ਆਉਂਦੇ ਨੇ, ਪੜ੍ਹ ਕੇ ਚਲੇ ਜਾਂਦੇ ਨੇ। ਮੈਂ ਵੇਖਿਆ ਵੀ 5-6 ਸਾਲ ਹੋ ਗਏ ਨੇ ਤੇਰੇ ਕੋਲ, ਜਿਹੜਾ ਵੀ 4 ਕੁ ਸਾਲ ਕੋਈ ਬੱਚਾ ਕੱਟ ਜਾਏ, ਕੋਈ ਨੌਜਵਾਨ ਰਹਿ ਜਾਏ, ਉਹ ਪੜ੍ਹ ਲਿਖ ਕੇ ਕਿਸੇ ਕੰਮੇ ਲੱਗ ਜਾਂਦਾ, ਕੁਝ ਨਾ ਕੁਝ ਸਿੱਖ ਜਾਂਦਾ, ਤੂੰ ਇੰਨਾ ਦਾਨਾ ਬੰਦਾ, ਇੰਨਾ ਸਿਆਣਾ। ਆਹ ਗਧਾ ਤੇਰੇ ਕੋਲ 6-7 ਸਾਲ ਹੋ ਗਏ ਤੇਰਾ ਭਾਰ ਚੁੱਕਦਾ, ਇਹਨੂੰ ਵੀ ਕੁਝ ਸਿਖਾ ਦੇਣਾ ਸੀ। ਹੁਣ ਉਹ ਤਾਂ ਮਖੌਲ ਕੀਤਾ ਵੀ ਤੇਰੇ ਕੋਲ ਨਿਕੰਮੇ ਤੋਂ ਨਿਕੰਮਾ ਬੰਦਾ ਵੀ ਆਇਆ ਅਤੇ ਸਿੱਖ ਕੇ ਕੰਮੇ ਲੱਗ ਗਿਆ, ਆਹ ਗਧਾ 6-7 ਸਾਲ ਹੋ ਗਏ ਨੇ, ਇਹਨੂੰ ਵੀ ਕੁਝ ਸਿਖਾ ਛੱਡਣਾ ਸੀ, ਇਹ ਵਿਚਾਰਾ ਤੇਰਾ ਭਾਰ ਚੁੱਕਦਾ ਰਹਿੰਦਾ, ਐਵੇਂ ਕੁੱਟ ਖਾਂਦਾ।
ਹੁਣ ਉਹ ਅੱਗੇ ਪੜ੍ਹਿਆ ਲਿਖਿਆ ਬੰਦਾ ਉਸਤਾਦ ਬੰਦਾ ਜਵਾਬ ਦਿੰਦਾ, ਕਹਿਣ ਲੱਗਿਆ ਮਿੱਤਰਾ ਤੇਰੇ ਆਹ ਗੱਲ ਕਰਨ ਤੋਂ ਪਹਿਲਾਂ ਮੇਰੇ ਦਿਮਾਗ 'ਚ ਵੀ ਖਿਆਲ ਆਇਆ ਵੀ ਇਹਨਾਂ ਨੂੰ ਕੁਝ ਸਿਖਾ ਦਿਆਂ, ਇਹਨੂੰ ਵੀ ਪੜ੍ਹਾ ਦਿਆਂ, ਵੀ ਬੜੇ ਨਿਕੰਮੇ ਬੰਦੇ ਵੀ ਕੰਮ ਸਿੱਖ ਕੇ ਕੰਮੇ ਲੱਗ ਗਏ, ਮੇਰਾ ਜੀ ਕੀਤਾ ਇੱਕ ਦਿਨ ਵੀ ਇਹਨੂੰ ਵੀ ਪੜ੍ਹਾ ਦਿਆਂ, ਅਤੇ ਮੈਂ ਅਜੇ ਕਾਇਦਾ ਪੜ੍ਹਿਆ ਹੀ ਸੀ, ਮੇਰੇ ਦਿਮਾਗ 'ਚ ਵਿਚਾਰ ਆਇਆ ਵੀ ਜਿੰਨੇ ਪੜ੍ਹੇ ਨੇ ਪੜ੍ਹ ਕੇ ਆਪਣੇ ਕੰਮੇ ਲੱਗ ਗਏ ਨੇ, ਮੇਰੇ ਕੋਲ ਕੋਈ ਵੀ ਨਹੀਂ, ਜੇ ਇਹ ਪੜ੍ਹ ਗਿਆ ਤਾਂ ਮੈਂ ਚੜ੍ਹਨਾ ਕਿਹਦੇ 'ਤੇ, ਭਾਰ ਕਿਹਦੇ 'ਤੇ ਢੋਣਾ, ਇਸ ਕਰਕੇ ਇਹਨੂੰ ਅਨਪੜ੍ਹ ਹੀ ਰੱਖ ਲਈਏ, ਵੀ ਇੱਕ ਅੱਧਾ ਤਾਂ ਇਹੋ ਜਿਹਾ ਚਾਹੀਦਾ ਨਾ ਜਿਹੜਾ ਮੇਰਾ ਭਾਰ ਢੋਵੇ, ਜਿਹੜਾ ਮੇਰੇ ਕੋਲੋਂ ਕੁੱਟ ਖਾਵੇ, ਜਿਹਦੇ ਉੱਤੇ ਮੈਂ ਸਮਾਨ ਲੱਦਾਂ ਅਤੇ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਵਾਂ, ਭਾਰ ਢੋਣ ਵਾਸਤੇ ਵੀ ਤਾਂ ਕੋਈ ਚਾਹੀਦਾ ਨਾ, ਆਪਾਂ ਇਸ ਕਰਕੇ ਉਹ ਕਾਇਦਾ ਉੱਥੇ ਹੀ ਰੱਖ ਦਿੱਤਾ, ਇਹਨੂੰ ਪੜ੍ਹਾਇਆ ਹੀ ਕੱਖ ਨਹੀਂ, ਇਸੇ ਕਰਕੇ ਤਾਂ ਭਾਰ ਢੋਂਦਾ। ਹੁਣ ਇੱਕ ਕਿੱਸੇ ਦੀ ਕਹਾਣੀ ਹੈ, ਇੱਕ ਛੋਟੀ ਜਿਹੀ ਗੱਲ ਹੈ, ਇਹ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਕੁਝ ਲੋਕਾਂ ਨੂੰ ਸਾਨੂੰ ਬੁੱਧੂ ਬਣਾਈ ਰੱਖਣ ਵਿੱਚ ਬਹੁਤ ਵੱਡਾ ਫਾਇਦਾ ਹੁੰਦਾ। ਜੇ ਆਪਾਂ ਸਾਰੇ ਨਸ਼ਈ ਬਣ ਕੇ ਉੱਜੜੇ ਪੁੱਜੜੇ ਰਹਾਂਗੇ, ਸਾਨੂੰ ਜਿਹੜਾ ਵੀ ਜਦੋਂ ਆਪਾਂ ਨਸ਼ਈ ਹੋ ਗਏ ਇੱਕ ਦਰਾਮਲੀ ਹੋ ਗਏ, ਫਿਰ ਸਾਨੂੰ ਸ਼ਰਾਬ ਦੀ ਬੋਤਲ ਅਗਲਾ ਵਿਖਾਏਗਾ, ਸਾਡਾ ਕੀਮਤੀ ਵੋਟ ਆਪਣੇ ਡੱਬੇ 'ਚ ਪਵਾਏਗਾ, ਨਾ ਉਹਨੂੰ ਹਸਪਤਾਲ ਖੋਲ੍ਹਣ ਦੀ ਲੋੜ ਹੈ ਸਾਡੇ ਇਲਾਕੇ 'ਚ, ਨਾ ਸਕੂਲ ਖੋਲ੍ਹ ਕੇ ਦੇਣ ਦੀ ਲੋੜ ਹੈ, ਨਾ ਉਹਨੂੰ ਕੁਝ ਹੋਰ ਬਣਾ ਕੇ ਦੇਣ ਦੀ, ਨਾ ਕੋਈ ਸਹੂਲਤ ਦੇਣ ਦੀ, ਤਾਂ ਹੀ ਤਾਂ ਅਸੀਂ ਪਛੜੇ ਹਾਂ, ਸਾਡਾ ਮੁਲਕ ਬਰਬਾਦ ਕਿਉਂ ਹੋਇਆ, ਇਹਨਾਂ ਕੰਮਾਂ ਦੇ ਵਿੱਚ ਬਰਬਾਦ ਹੋਇਆ, ਕੁਝ ਸਾਨੂੰ ਡੇਰੇਦਾਰਾਂ ਨੇ ਅਨਪੜ੍ਹ ਬੇਵਕੂਫ ਬਣਾਈ ਰੱਖਿਆ ਅੱਜ ਤੱਕ, ਕੁਝ ਸਾਨੂੰ ਭਵਿੱਖ ਦੱਸਣ ਵਾਲੇ ਇਹ ਦੱਸਦੇ ਨੇ ਵੀ ਤੁਹਾਡੇ 'ਤੇ ਕਰਮ ਹੀ ਮਾੜੇ ਨੇ, ਤੁਸੀਂ ਜੰਮੇ ਹੀ ਗਲਤ ਥਾਂ ਦੇ ਉੱਤੇ ਹੋ, ਇਸ ਕਰਕੇ ਤੁਹਾਡਾ ਕੱਖ ਨਹੀਂ ਹੋ ਸਕਦਾ, ਤੁਸੀਂ ਆਹ ਕਰ ਲਓ ਉਹ ਕਰ ਲਓ, ਜਿਹੜੇ 4 ਪੈਸੇ ਸਾਡੀ ਜੇਬ 'ਚ ਆਉਂਦੇ ਨੇ ਉਹ ਕੋਈ ਨਾਗ ਮੋਤੀ ਪਵਾਉਣ ਵਾਲੇ, ਕੋਈ ਪੁੱਛਣਾ ਸੁੱਖਣਾ ਦੇਣ ਵਾਲੇ ਲੁੱਟ ਕੇ ਗਾਂਹ ਜਾਂਦੇ ਨੇ, ਸਾਡਾ ਬਣਨਾ ਅਤੇ ਬਣਨਾ ਕੀ ਹੈ? ਗੌਰ ਕਰਿਓ ਕਦੇ ਧਿਆਨ ਨਾਲ, ਸਾਨੂੰ ਭਾਰ ਢੋਣ ਵਾਸਤੇ ਰੱਖਿਆ ਜਾ ਰਿਹਾ ਵੀ ਅਸੀਂ ਭਾਰ ਢੋਂਦੇ ਰਹੀਏ। ਸਦੀਆਂ ਤੋਂ ਇਹ ਕੰਮ ਸਾਡੇ ਦੇਸ਼ ਵਿੱਚ ਚੱਲ ਰਿਹਾ। ਹੁਣ ਉਦਾਹਰਣ ਦੇਵਾਂ ਇੱਕ, ਅਸੀਂ ਅਕਸਰ ਕਹਿੰਦੇ ਹਾਂ ਸਾਡਾ ਮੁਲਕ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਮਹਾਂਪੁਰਖਾਂ ਦੀ ਧਰਤੀ ਹੈ, ਆਪਾਂ ਮਾਣ ਨਾਲ ਕਹਿੰਦੇ ਹਾਂ ਨਾ ਦੁਨੀਆ ਨੂੰ, ਸਾਡੇ ਦੇਸ਼ ਵਿੱਚ ਇੰਨੇ ਮਹਾਂਪੁਰਖ ਪੈਦਾ ਹੋਏ, ਸਾਡੇ ਦੇਸ਼ ਵਿੱਚ ਇੰਨੇ ਪਰਉਪਕਾਰੀ ਮਰਜੀਵੜੇ ਪੈਦਾ ਹੋਏ, ਸਾਡੇ ਦੇਸ਼ ਵਿੱਚ ਐਡੇ ਐਡੇ ਰਿਸ਼ੀ ਮੁਨੀ ਪੈਦਾ ਹੋਏ, ਆਪਾਂ ਕਹਿੰਦੇ ਹਾਂ ਨਾ, ਅਕਸਰ ਹੀ ਟੀ ਵੀ 'ਤੇ ਵੀ ਸੁਣਿਆ ਜਾਂਦਾ, ਅਖਬਾਰਾਂ 'ਚ ਵੀ ਪੜ੍ਹਿਆ ਜਾਂਦਾ। ਹੁਣ ਕੋਈ ਬੰਦਾ ਆਖੇ ਵੀ ਮੈਂ ਨਾ 25 ਮਾਸਟਰਾਂ ਕੋਲੋਂ ਪੜ੍ਹਿਆ, 25 ਮਾਸਟਰਾਂ ਕੋਲੋਂ, 25 ਮਾਸਟਰ ਸਨ ਮੈਨੂੰ ਪੜ੍ਹਾਉਣ ਵਾਲੇ, ਅਤੇ ਅਕਲ ਫਿਰ ਵੀ ਨਾ ਹੋਵੇ, ਅਤੇ ਲੋਕ ਕਹਿਣਗੇ ਨਾ ਬੇਵਕੂਫਾ, 25 ਮਾਸਟਰ ਸਨ ਤੈਨੂੰ ਪੜ੍ਹਾਉਣ ਵਾਲੇ, ਤਾਂ ਵੀ ਤੈਨੂੰ ਅਕਲ ਨਹੀਂ ਆਈ, ਜੇ ਤੈਨੂੰ ਆਉਣੀ ਹੁੰਦੀ ਤਾਂ ਇੱਕ ਤੋਂ ਹੀ ਆ ਜਾਣੀ ਸੀ, ਜੇ ਤੈਨੂੰ ਅਕਲ ਆਉਣੀ ਹੁੰਦੀ ਨਾ ਤਾਂ ਇੱਕੋ ਉਸਤਾਦ ਇੱਕੋ ਟੀਚਰ ਹੀ ਬਹੁਤ ਸੀ, ਤੈਨੂੰ ਤਾਂ 25 ਮਿਲੇ, 25 ਕੋਲੋਂ ਵੀ ਤੈਨੂੰ ਕੋਈ ਅਕਲ ਨਹੀਂ ਆਈ, ਤੂੰ ਤਾਂ ਸਭ ਤੋਂ ਗਿਆ ਗੁਜ਼ਰਿਆ ਬੰਦਾ, ਵੀ ਤੈਨੂੰ ਪੜ੍ਹਾਉਣ ਵਾਲੇ ਇੰਨੇ ਵੱਡੇ ਵੱਡੇ ਦਾਨੇ ਲੋਕ ਹੋਣ 'ਤੇ ਤੈਨੂੰ ਫਿਰ ਵੀ ਅਕਲ ਨਾ ਆਏ। ਮੈਂ ਕਈ ਵਾਰ ਸੋਚਦਾ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ ਵੀ ਸਾਡੇ ਕੋਲ ਬੜੇ ਮਹਾਨ ਲੋਕ ਸਾਡੇ ਦੇਸ਼ ਵਿੱਚ ਹੋਏ, ਅਤੇ ਕੁਝ ਲੋਕ ਜਿਹੜੇ ਸਿਆਣੇ ਨੇ ਸਮਝਵਦਾਰ ਨੇ ਉਹ ਹੱਸਦੇ ਵੀ ਹੋਣਗੇ, ਵੇਖੋ ਇਹਨਾਂ ਨੂੰ ਅਕਲ ਤਾਂ ਫਿਰ ਵੀ ਨਹੀਂ ਆਈ, ਇਸ ਦੇਸ਼ ਜਿੱਥੇ ਏਡੇ ਏਡੇ ਮਹਾਂਪੁਰਖ ਪੈਦਾ ਹੋਏ ਸਭ ਤੋਂ ਵੱਧ ਲੁੱਟ ਖਸੁੱਟ ਇਹਨਾਂ ਦੇ ਵਿੱਚ, ਸਭ ਤੋਂ ਵੱਧ ਬੇਈਮਾਨੀ ਝੂਠ ਇਹ ਬੋਲਦੇ ਨੇ, ਸਭ ਤੋਂ ਵੱਧ ਧੱਕਾ ਬਲਾਤਕਾਰ ਰੇਪ ਨਸ਼ੇ ਹਰ ਕੁਝ ਇਹਨਾਂ ਦੇ ਵਿੱਚ, ਕਿਹੜੀ ਬਿਮਾਰੀ ਹੈ ਜਿਹੜੀ ਅੱਜ ਸਾਡੇ ਦੇਸ਼ ਸਾਡੇ ਸਮਾਜ ਵਿੱਚ ਨਹੀਂ ਹੈ, ਇਹਦਾ ਮਤਲਬ ਇੱਕੋ ਹੀ ਕੱਢਿਆ ਜਾ ਸਕਦਾ ਹੈ ਨਾ ਵੀ ਧਾਰਮਿਕ ਲੋਕ ਤਾਂ ਬਹੁਤ ਹੋਏ ਸਾਡੇ ਦੇਸ਼ ਵਿੱਚ, ਪਰ ਆਪਾਂ ਕਿਸੇ ਦੀ ਕੌਡੀ ਕੀਮਤ ਨਹੀਂ ਪਾਈ, ਕਿਸੇ ਕੋਲੋਂ ਕੱਖ ਨਹੀਂ ਸਿੱਖਿਆ, ਸਵਾਏ ਨਾਰੇ ਮਾਰਨ ਤੋਂ, ਸਵਾਏ ਭੀੜਾਂ ਇਕੱਠੀਆਂ ਕਰ ਲੈਣ ਤੋਂ,
ਸਵਾਏ ਉਹਨਾਂ ਦੇ ਦਿਨ ਮਨਾ ਲੈਣ ਤੋਂ ਵੀ ਆਪਾਂ ਕਿਹੜੇ ਚੱਜ ਨਾਲ ਮਨਾਉਂਦੇ ਹਾਂ, ਬਸ ਗੱਲ ਆਈ ਗਈ ਕਰ ਦਿੱਤੀ। ਇਹਦਾ ਮਤਲਬ ਸਿੱਖਿਆ ਸੁੱਖਿਆ ਆਪਾਂ ਕਰੀ, ਜਿੰਨਾ ਮਰਜ਼ੀ ਆਪਾਂ ਡੀਂਗਾ ਮਾਰੀ ਜਾਈਏ, ਸਾਡਾ ਦੇਸ਼ ਬੜਾ ਮਹਾਨ ਹੈ, ਸਾਡਾ ਪੰਜਾਬ ਬੜਾ ਮਹਾਨ, ਮਹਾਨ ਤਾਂ ਉਹਨਾਂ ਲੋਕਾਂ ਕਰਕੇ ਹੈ, ਪਰ ਆਪਾਂ ਤਾਂ ਕੋਈ ਕਸਰ ਨਹੀਂ ਨਾ ਰਹਿਣ ਦਿੱਤੀ ਉਹਨਾਂ ਦੇ ਮਹਾਨ ਪੰਜਾਬ ਨੂੰ ਘਟਿਓ ਕੌਡੀ ਕਰਨ ਵਾਸਤੇ, ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਅਸੀਂ, ਖਿਮਾ ਕਰਨਾ, ਇਹ ਸਾਡੀ ਅੱਜ ਦੀ ਸੱਚਾਈ ਹੈ। ਮੈਂ ਕਈ ਵਾਰ ਸੋਚਦਾ ਸੀ ਜਦੋਂ ਗੁਰਮਤਿ ਦੀਵਾਨਾਂ ਵਿੱਚ ਜਾਂਦੇ ਹਾਂ ਨਾ, ਕਈ ਸੱਜਣ ਮਾਈ ਭਾਈ ਗੁੱਸਾ ਕਰਦੇ ਨੇ, ਆਹ ਗੱਲ ਕਿਉਂ ਕੀਤੀ, ਉਹ ਗੱਲ ਮੈਂ ਕਹਿੰਦਾ, ਤੁਸੀਂ ਮਲਮ ਲਓ, ਜਿੱਥੇ ਜ਼ਖਮ ਹੋਏਗਾ ਨਾ, ਜਦੋਂ ਜ਼ਖਮ 'ਤੇ ਮਲਮ ਲੱਗਦੀ ਹੈ ਨਾ, ਉਦੋਂ ਮਹਿਸੂਸ ਹੁੰਦੀ ਹੈ, ਵੈਸੇ ਤੁਸੀਂ ਹੱਥ 'ਤੇ ਲਾ ਲਓ ਮਹਿਸੂਸ ਹੀ ਨਹੀਂ ਹੁੰਦੀ, ਜਿੱਥੇ ਜ਼ਖਮ ਹੁੰਦਾ ਨਾ ਉੱਥੇ ਗੱਲ ਲੱਗਦੀ ਹੈ। ਅਤੇ ਜਦੋਂ ਬੰਦਾ ਬਿਮਾਰ ਹੋਵੇ, ਉਹਦੇ ਮੂੰਹ ਦਾ ਸਵਾਦ ਕਦੇ ਵੇਖਿਓ, ਬੁਖਾਰ ਹੋਵੇ ਨਾ ਬੰਦੇ ਨੂੰ, ਉਹਦੇ ਮੂੰਹ ਦਾ ਸਵਾਦ ਬਦਲ ਜਾਂਦਾ। ਘਰ ਵਾਲੇ ਕਹਿਣਗੇ ਵੀ ਬੰਦਾ ਬਿਮਾਰ ਹੈ, ਬੁਖਾਰ, ਇਹਨੂੰ 8-10 ਦਿਨਾਂ ਦਾ, ਇਹਨੂੰ ਪੀਣ ਵਾਸਤੇ ਦੁੱਧ ਦਿਓ, ਖਾਣ ਵਾਸਤੇ ਦਹੀਂ ਦਿਓ, ਇਹਦਾ ਇਹਨੂੰ ਤਾਕਤ ਆ ਮਿਲੇ ਥੋੜ੍ਹੀ ਬਹੁਤ, ਇਹਦਾ ਬੁਖਾਰ ਉਤਰੇ, ਬੁਖਾਰ ਨੇ ਇਹਨੂੰ ਝੰਝੋੜ ਸੁੱਟਿਆ। ਉਹ ਜਦੋਂ ਮਿੱਠਾ ਪਾ ਕੇ ਦੁੱਧ ਦਿੱਤਾ ਜਾਂਦਾ ਨਾ ਗਲਾਸ, ਉਹਨੂੰ ਉਹ ਘੁੱਟ ਭਰਦਾ ਅਤੇ ਕਹਿੰਦਾ ਦੁੱਧ ਕੌੜਾ ਹੈ। ਘਰ ਵਾਲੇ ਕਹਿੰਦੇ ਨਹੀਂ, ਦੁੱਧ ਤਾਂ ਵੈਸੇ ਹੀ ਮਿੱਠਾ ਹੁੰਦਾ, ਅਸੀਂ ਤਾਂ ਖੰਡ ਵੀ ਪਾਈਏ, ਸ਼ੱਕਰ ਵੀ ਪਾਈਏ, ਤਾਂ ਮਿੱਠਾ ਪੀ ਲੈ, ਇਹਨੂੰ ਤਾਕਤ ਮਿਲੇਗੀ। ਕਹਿੰਦਾ ਨਹੀਂ, ਮੈਨੂੰ ਕੌੜਾ ਲੱਗਦਾ। ਹੁਣ ਦੁੱਧ 'ਤੇ ਕੌੜਾ ਨਹੀਂ ਨਾ, ਖੰਡ 'ਤੇ ਕੌੜੀ ਨਹੀਂ ਨਾ, ਸ਼ੱਕਰ 'ਤੇ ਮਿੱਠੀ ਹੈ ਨਾ, ਪਰ ਉਸ ਬੰਦੇ ਦੇ ਮੂੰਹ ਦਾ ਸਵਾਦ ਬਦਲਿਆ ਹੋਇਆ ਹੈ। ਕਿਉਂ ਬਦਲਿਆ? ਕਿਉਂਕਿ ਉਹ ਬਿਮਾਰ ਹੈ। ਬਿਮਾਰ ਲੋਕਾਂ ਨੂੰ ਮਿੱਠੀ ਗੱਲ ਵੀ ਕੌੜੀ ਨਜ਼ਰ ਆਉਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵੇਖੋ ਕਿੰਨੀ ਮਿੱਠੀ ਹੈ। ਸਤਿਗੁਰੂ ਦੀ ਬਾਣੀ, ਸਤਿਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ, ਇਹ ਤਾਂ ਅੰਮ੍ਰਿਤ ਦੀ ਧਾਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਬਾਣੀ ਉਚਰੈ ਸਾਧ ਜਨ ਅੰਮਿਓ ਚੱਲੇ ਝਰਨੇ, ਇਹ ਤਾਂ ਅੰਮ੍ਰਿਤ ਦਾ ਝਰਨੇ ਫੁੱਟ ਪਏ ਨੇ। ਜਦੋਂ ਮਹਾਂਪੁਰਖਾਂ ਦੀ ਰਸਨਾ ਤੋਂ ਬਾਣੀ ਉਚਾਰਨ ਹੋਈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਅੰਮ੍ਰਿਤ ਹੈ ਸਾਡੇ ਵਾਸਤੇ, ਅੰਮ੍ਰਿਤ। ਪਰ ਸਾਨੂੰ ਕੌੜੀ ਲੱਗਦੀ ਹੈ। ਜੇ ਇਹਦੇ 'ਚੋਂ ਸ਼ਰਾਬ ਦੀ ਗੱਲ ਸੁਣਾ ਦਿਓ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ, ਸਾਨੂੰ ਤਾਂ ਵੀ ਬੁਰੀ ਲੱਗਦੀ ਹੈ। ਜੇ ਇਹ ਗੱਲ ਕਹਿ ਦਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਭਲਿਓ ਸ਼ਰਾਧ ਨਾ ਕਰੋ, ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰੋ, ਮਰਿਆਂ ਦੇ ਨਾਂ 'ਤੇ ਨਾ ਖਵਾਈ ਜਾਓ, ਇਹ ਵੀ ਗੱਲ ਬੁਰੀ ਲੱਗਦੀ, ਕਿਉਂਕਿ ਆਪਾਂ ਇਹ ਵੀ ਕੰਮ ਕਰਨਾ ਜ਼ਰੂਰੀ ਹੋਇਆ, ਪੰਡਤਾਂ ਨੇ ਜੋ ਦੱਸਿਆ। ਅਤੇ ਜੇ ਕੋਈ ਇਹ ਕਹਿ ਦੇ, ਭਾਈ ਐਵੇਂ ਕਿਉਂ ਮੁਰਦਿਆਂ ਦੀਆਂ ਮੜੀਆਂ 'ਤੇ ਕਬਰਾਂ 'ਤੇ ਸਿਰ ਝੁਕਾ ਝੁਕਾ ਦੀਵੇ ਬਾਲ ਬਾਲ ਤੇਲ ਬਰਬਾਦ ਕਰ ਕਿਉਂ ਗੁਲਾਮੀ ਭੋਗਦੇ ਹੋ? ਕੋਈ ਅਕਲ ਦੀ ਗੱਲ ਸਿੱਖ ਲਓ, ਕੋਈ ਜੀਵਨ ਦਾ ਭਲਾ ਕਰਨ ਵਾਲਾ, ਪਰ ਉਪਕਾਰ ਕਰੋ, ਸੇਵਾ ਕਰੋ, ਸੱਚੇ ਰੱਬ ਨੂੰ ਯਾਦ ਕਰੋ ਜਿਹੜਾ ਸਦਾ ਹੀ ਜਿਉਂਦਾ ਹੈ। ਬੜੀ ਦੁਨੀਆ ਆਈ ਅਤੇ ਬੜੀ ਦੁਨੀਆ ਤੁਰ ਗਈ, ਸਾਨੂੰ ਤਾਂ ਵੀ ਬੁਰੀ ਲੱਗਦੀ ਹੈ। ਕਿਹੜੀ ਗੱਲ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਚੰਗੀ ਲੱਗਦੀ ਹੈ? ਜੇ ਕੋਈ ਇਹ ਗੱਲ ਕਵੇ ਵੀ ਨਾ ਕਿਸੇ ਦੇ ਗੋਡੀਆਂ ਹੱਥ ਲਾਓ, ਨਾ ਕਿਸੇ ਦੇ ਪੈਰੀਂ ਹੱਥ ਲਾਓ, ਨਾ ਜੁੱਤੀਆਂ ਨੂੰ ਮੱਥੇ ਟੇਕੋ, ਨਾ ਚੋਲਿਆਂ ਨੂੰ ਮੱਥੇ ਟੇਕੋ, ਨਾ ਖੂੰਡੀਆਂ ਨੂੰ ਮੱਥੇ ਟੇਕੋ, ਤੁਹਾਨੂੰ ਜਿਉਂਦੇ ਜਾਗਦੇ ਹਾਜ਼ਰ ਨਾਜ਼ਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕੀਤੇ। ਕਲਗੀਧਰ ਸਾਹਿਬ ਮਹਾਰਾਜ ਨੇ ਆਪ ਇਹਨਾਂ ਦੇ ਸਨਮੁਖ ਸੀ ਝੁਕਾਇਆ, ਤੁਹਾਨੂੰ ਆਗਿਆ ਕੀਤੀ, ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਸਿੱਖ ਦੇ ਮੱਥੇ ਤਾਂ ਵੀ ਵੱਟ ਪੈ ਜਾਂਦਾ ਜੇ ਇਹ ਵੀ ਗੱਲ ਇਹਨੂੰ ਬੁਰੀ ਲੱਗਦੀ ਹੈ। ਦੱਸੋ ਫਿਰ ਕਿਹੜੀ ਗੱਲ ਕਰੀਏ? ਕਿਹੜਾ ਸਿਧਾਂਤ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਚੰਗਾ ਲੱਗਦਾ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਰੰਭ ਵਿੱਚ ਹੀ ਇੱਕ ਓਅੰਕਾਰ ਸ਼ਬਦ ਹੈ, ਇੱਕ ਰੱਬ ਨੂੰ ਮੰਨਣਾ, ਜਿਹੜਾ ਸਭਨਾਂ ਵਿੱਚ ਵਿਆਪਕ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਅਸੀਂ ਤਾਂ ਉੱਥੇ ਆ ਕੇ ਹੀ ਫੇਲ ਹੋ ਗਏ। ਉਹ ਪਹਿਲੀ ਗੱਲ ਹੀ ਗੁਰੂ ਗ੍ਰੰਥ ਸਾਹਿਬ ਦਾ ਏਕਾ ਹੀ ਜਿਹੜਾ ਹੈ ਨਾ, ਉਹਨੂੰ ਅਸੀਂ ਸਿਰ ਝੁਕਾ ਤੇ ਦਿੱਤਾ, ਦਿਲੋਂ ਨਹੀਂ ਮੰਨਿਆ, ਸੀ ਦਿਲ 'ਚ ਕੱਟ ਰੱਖਿਆ, ਦਿਲ 'ਚ ਖੋਟ ਰੱਖਿਆ। ਮੈਂ ਕਈ ਵਾਰ ਸੋਚਣਾ, ਸਾਡੇ ਕੋਲ ਬਖਸ਼ਿਸ਼ਾਂ ਦੇ, ਰਹਿਮਤਾਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੌਜੂਦ ਨੇ,
ਪਰ ਸਾਡਾ ਭਲਾ ਕਿਉਂ ਨਹੀਂ ਹੋ ਰਿਹਾ? ਕਿਉਂਕਿ ਸਾਡੇ ਦਿਲ 'ਚ ਖੋਟ ਹੈ। ਕਪਟੀ ਲੋਕਾਂ ਦਾ ਕਦੇ ਭਲਾ ਨਹੀਂ ਹੁੰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਆਖਦੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਜਿਨ੍ਹਾਂ ਦੇ ਜ਼ਬਾਨ 'ਤੇ ਕੋਈ ਹੋਰ ਗੱਲ ਹੋਵੇ, ਜਿਨ੍ਹਾਂ ਦੇ ਮਨ 'ਚ ਕੋਈ, ਉਹਨਾਂ ਦਾ ਕਦੇ ਭਲਾ ਨਹੀਂ ਹੋ ਸਕਦਾ। ਭਟਕ ਲਵਾਂਗੇ ਆਪਾਂ ਸਾਰੇ ਪੰਜਾਬ ਦੇ ਵਾਸੀ, ਜਿੰਨਾ ਮਰਜ਼ੀ ਭਟਕ ਲਓ, ਜਿੰਨੀਆਂ ਮਰਜ਼ੀ ਥਾਵਾਂ ਲੱਭ ਲਿਓ ਮੱਥੇ ਟੇਕਣ ਲਈ, ਪਰ ਇੱਕ ਸੱਚ ਆਖਾਂ, ਇਤਿਹਾਸ ਦਾ ਸੱਚ ਹੈ, ਉਹ ਵੀ ਸਮਾਂ ਸੀ ਜਦੋਂ ਪੰਜਾਬ ਗਰਕ ਗਿਆ ਸੀ। ਇਸ ਧਰਤੀ 'ਤੇ ਗੁਰੂ ਨਾਨਕ ਮਹਾਰਾਜ ਵਰਗੀ ਮਹਾਨ ਮੂਰਤ ਪੈਦਾ ਹੋਈ, ਉਹਨੇ ਪੰਜਾਬ ਨੂੰ ਬਚਾ ਲਿਆ। ਇਸ ਧਰਤੀ ਦੇ ਉੱਤੇ ਵਿਦੇਸ਼ੀ ਲੋਕਾਂ ਦੀ ਗੁਲਾਮੀ ਦੇ ਸੰਗਲ ਪੈ ਗਏ, ਇਹ ਦੇਸ਼ ਗੁਲਾਮ ਹੋ ਗਿਆ। ਇੱਥੋਂ ਦੀਆਂ ਬਹੂ ਬੇਟੀਆਂ, ਨੂੰਹਾਂ, ਧੀਆਂ, ਔਰਤਾਂ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਨੂੰ ਵਿਕੀਆਂ। ਜਿਨ੍ਹਾਂ ਬਾਜ਼ਾਰਾਂ 'ਚ ਸਬਜ਼ੀ ਵਿਕਦੀ ਹੈ, ਜਿਨ੍ਹਾਂ ਬਾਜ਼ਾਰਾਂ ਦੇ ਵਿੱਚ ਗਾਵਾਂ ਮੱਝਾਂ ਵਿਕਦੀਆਂ ਨੇ, ਬੱਕਰੀਆਂ ਭੇਡਾਂ ਵਿਕਦੀਆਂ ਨੇ, ਉੱਥੇ ਇਸ ਦੇਸ਼ ਦੀ ਆਬਰੂ ਖੜੀ ਹੋਈ, ਨਿਲਾਮ ਕੀਤੀ ਜਾ ਰਹੀ ਸੀ। ਹੈ ਨਾ ਕਿੰਨੀ ਡੁੱਬ ਮਰਨ ਵਾਲੀ ਗੱਲ। ਅਤੇ ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਾਰਸ ਤੁਹਾਡੇ ਬਜ਼ੁਰਗ, ਕਿਸੇ ਦਾ ਨਗਰ ਦਾਦਾ ਹੋਏਗਾ ਅਤੇ ਕਿਸੇ ਦਾ ਗਾਂਹ ਦੀ ਗਾਂਹ ਕੋਈ ਪੁਰਖਾ, ਜਿਨ੍ਹਾਂ ਦਾ ਖੂਨ ਤੁਹਾਡੀਆਂ ਰਗਾਂ ਦੇ ਵਿੱਚ ਦੌੜ ਰਿਹਾ, ਗੇੜੇ ਕੱਟ ਰਿਹਾ। ਭਾਵੇਂ ਅੱਜ ਆਪਾਂ ਕਬਰਾਂ ਦੇ ਉੱਤੇ ਜਾ ਕੇ ਮੱਥੇ ਟੇਕ ਰਹੇ ਹਾਂ, ਪਰ ਮੈਂ ਤੁਹਾਨੂੰ ਯਾਦ ਕਰਵਾ ਰਿਹਾ, ਅਸੀਂ ਉਹਨਾਂ ਬਜ਼ੁਰਗਾਂ ਦੀ ਔਲਾਦ ਹਾਂ ਜਿਨ੍ਹਾਂ ਨੇ ਦਰਾ ਖੈਬਰ ਦੇ ਅੱਗੇ ਛਾਤੀ ਫੈਲਾ ਕੇ ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਆਖਿਆ, ਓਏ ਲੋਕੋ, ਓਏ ਅਫਗਾਨੀਓ, ਸਾਡੇ ਦੇਸ਼ ਦੀ ਇੱਜ਼ਤ ਨੂੰ ਗਜ਼ਰੀ ਦੇ ਬਾਜ਼ਾਰਾਂ 'ਚ ਵੇਚਣ ਵਾਲਿਓ, ਅਸੀਂ ਤੁਹਾਡੇ ਸਿਰ ਕਲਮ ਕਰਕੇ ਕੁੱਤਿਆਂ ਅੱਗੇ ਪਾ ਦਿਆਂਗੇ, ਜੇ ਤੁਸੀਂ ਇਸ ਦੇਸ਼ ਦੀ ਇੱਜ਼ਤ ਆਬਰੂ ਵੱਲ ਤੱਕਿਆ। ਐਨ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਇਹ ਦੇਸ਼, ਸਾਡੇ ਬਜ਼ੁਰਗਾਂ ਨੇ ਹਿੰਮਤ ਕਰਕੇ ਬਚਾ ਲਿਆ, ਉਭਾਰ ਲਿਆ। ਅੱਜ ਵੇਖ ਲਓ, ਜਦੋਂ ਵੀ ਲੋੜ ਪਈ ਹੈ, ਭਾਵੇਂ ਉਹ ਪੰਜਾਬ ਦੀ ਧਰਤੀ ਹੋਵੇ, ਭਾਵੇਂ ਸਾਰਾ ਭਾਰਤ ਦੇਸ਼ ਹੋਵੇ, ਇਹਦੀ ਇੱਜ਼ਤ ਆਬਰੂ, ਇਹਦੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਸਾਡੇ ਗੁਰੂਆਂ ਨੇ, ਸਾਡੇ ਪੁਰਖਿਆਂ ਬਜ਼ੁਰਗਾਂ ਨੇ ਆਪਣੀਆਂ ਛਾਤੀਆਂ ਡਾਹ ਕੇ, ਕੁਰਬਾਨੀਆਂ ਦੇ ਕੇ, ਆਪਣਾ ਮਹਾਨ ਪਵਿੱਤਰ ਕਲਾਮ ਬਾਣੀ ਇੱਥੋਂ ਦੇ ਲੋਕਾਂ ਨੂੰ ਸੁਣਾ ਕੇ, ਪਰਉਪਕਾਰ ਅਤੇ ਸੇਵਾ ਦੀਆਂ ਦਾਤਾਂ ਬਖਸ਼ ਕੇ, ਇੰਨੇ ਮਹਾਨ ਬਖਸ਼ਿਸ਼ਾਂ ਦੇ ਨਾਲ ਸਾਨੂੰ ਬਚਾਉਂਦੇ ਆ ਰਹੇ ਨੇ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਪਰਉਪਕਾਰ, ਜਿਨ੍ਹਾਂ ਵੱਲ ਅੱਜ ਸਿੱਖੀ ਪੇਠ ਕਰਕੇ ਖਲੋਤੇ ਹੋਏ ਨੇ। ਅੱਜ ਸਿੱਖਾਂ ਨੂੰ ਹੀ ਸਿੱਖੀ ਦੀ ਗੱਲ ਚੰਗੀ ਨਹੀਂ ਜੇ ਲੱਗਦੀ, ਸੱਚ ਜਾਣੋ। ਇਹ ਉਹਨਾਂ ਬਾਬਿਆਂ ਬਦਲੇ ਗੁਰੂ ਗ੍ਰੰਥ ਸਾਹਿਬ ਨਾਲ ਨਾਰਾਜ਼ ਹੋ ਜਾਂਦੇ ਨੇ, ਜਿਨ੍ਹਾਂ ਨੂੰ ਇਹ ਜਾਣਦੇ ਹੀ ਕੱਖ ਨਹੀਂ। ਤੁਹਾਡੇ ਬਜ਼ੁਰਗਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਪਣਾਇਆ ਅਤੇ ਆਪਣੀ ਹੋਂਦ ਬਚਾਈ, ਤੁਸੀਂ ਕਿਹਦੇ ਲਈ ਲੜਦੇ ਹੋ ਭਲਿਓ? ਕਿੰਨਾ ਲੋਕਾਂ ਵਾਸਤੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਨੇ, ਕੋਈ ਦੱਸੋ, ਜਿਨ੍ਹਾਂ ਅੱਗੇ ਜਾ ਕੇ ਮੱਥੇ ਟੇਕ ਦਿਓ, ਕੀ ਇਤਿਹਾਸ ਹੈ ਉਹਨਾਂ ਦਾ, ਕੀ ਦਿੱਤਾ ਉਹਨਾਂ ਨੇ ਦੁਨੀਆ ਨੂੰ? ਇੱਥੇ ਬੱਚਾ ਵੀ ਕੋਈ ਇਤਿਹਾਸ ਦੀ ਪੁਸਤਕ ਪੜ੍ਹ ਕੇ ਦੱਸ ਸਕਦਾ ਹੈ? ਕਈ ਘੰਟਿਆਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਵਾਲਿਆਂ ਨੇ ਇਸ ਧਰਤੀ ਨੂੰ ਕਿਹੋ ਜਿਹਾ ਇਤਿਹਾਸ ਦਿੱਤਾ? ਤੁਸੀਂ ਦੱਸੋ, ਜਿਨ੍ਹਾਂ ਦੀਆਂ ਕਬਰਾਂ ਦੇ ਉੱਤੇ ਜਾ ਕੇ ਤੇਲ ਪਾਉਂਦੇ ਹੋ, ਕੀ ਇਤਿਹਾਸ ਹੈ ਉਹਨਾਂ ਦਾ? ਕੀ ਬਖਸ਼ਿਸ਼ਾਂ ਕੀਤੀਆਂ ਨੇ? ਕਿੰਨਾ ਰੁੜਦੇ ਹੋਏ ਲੋਕਾਂ ਨੂੰ ਬਚਾਇਆ? ਮੈਂ ਇੱਕ ਗਾਥਾ ਤੁਹਾਡੇ ਨਾਲ ਸਾਂਝੀ ਕਰਾਂ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਜਿਹਨੂੰ ਚੱਕ ਨਾਨਕੀ ਕਹਿੰਦੇ ਸਨ, ਬਿਰਾਜਮਾਨ ਨੇ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ 516 ਪੰਡਤਾਂ ਦਾ ਜਥਾ ਆਇਆ। ਸਾਲਸੀ ਵਿਚੋਲੇ ਬਣੇ ਪੰਡਿਤ ਕਿਰਪਾ ਰਾਮ ਆ ਕੇ ਖਬਰ ਦਿੱਤੀ, ਸਿੱਖ ਨੇ, ਸੱਚੇ ਪਾਤਸ਼ਾਹ ਪੰਡਤਾਂ ਦਾ ਬੜਾ ਵੱਡਾ ਜਥਾ ਆਇਆ, ਤੁਹਾਨੂੰ ਮਿਲਣਾ ਚਾਹੁੰਦਾ। ਅੱਜ ਵੀ ਉਹ ਸਥਾਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮੌਜੂਦ ਹੈ ਜਿੱਥੇ ਹਜ਼ੂਰ ਬੈਠੇ ਸਨ। ਸਤਿਗੁਰੂ ਮਹਾਰਾਜ ਨੇ ਆਖਿਆ ਵੀ ਜੀ ਆਇਆ, ਉਹਨਾਂ ਨੂੰ ਜਲ ਪਾਣੀ ਛਕਾਓ, ਪ੍ਰਸ਼ਾਦਾ ਪਾਣੀ ਛਕਾਓ, ਫਿਰ ਸਾਡੇ ਕੋਲ ਲੈ ਕੇ ਆਉਣਾ। ਪ੍ਰਸ਼ਾਦਾ ਪਾਣੀ ਛਕਿਆ, ਸਤਿਗੁਰੂ ਦੇ ਕੋਲ ਆਏ, ਅੱਖਾਂ ਦੇ ਵਿੱਚ ਅੱਥਰੂ ਸਨ,
ਗਲਾਂ ਦੇ ਵਿੱਚ ਪੱਲੇ ਪਾਏ ਸਨ। ਹਜ਼ੂਰ ਦੇ ਚਰਨਾਂ 'ਚ ਆ ਕੇ ਨਮਸਕਾਰ ਕੀਤੀ। ਪੰਡਿਤ ਨਾਲੇ ਆਪਣੀ ਵਿਥਿਆ ਸੁਣਾਉਣ ਅਤੇ ਨਾਲੇ ਭੁੱਬੀ ਰੋਣ, ਨਾਲੇ ਉਹਨਾਂ ਦੀਆਂ ਅੱਖਾਂ 'ਚੋਂ ਅੱਥਰੂ ਡਿੱਗਣ, ਵਿਚਾਰੇ ਜੇ ਦਾਸ ਜੇ ਬਣ ਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਵਿਥਿਆ ਸੁਣਾ ਰਹੇ ਨੇ। ਕਹਿਣ ਲੱਗੇ, ਦਾਤਾ, ਇਸ ਦੇਸ਼ ਦੇ ਅੰਦਰ ਧਰਮ ਦਾ ਬੇੜਾ ਡੁੱਬ ਰਿਹਾ, ਕਿਸੇ ਦੀ ਇੱਜ਼ਤ ਕਿਸੇ ਦੀ ਆਬਰੂ ਕਾਇਮ ਨਹੀਂ ਰਹੇਗੀ, ਕੋਈ ਆਪਣੀ ਮਨ ਮਰਜ਼ੀ ਨਾਲ ਰੱਬ ਨੂੰ ਯਾਦ ਨਹੀਂ ਕਰ ਸਕੇਗਾ, ਕਿਉਂਕਿ ਰਾਮ ਕਹਿਣ ਵਾਲਿਆਂ ਨੂੰ ਅੱਲਾ ਕਹਿਣ ਵਾਲੇ ਤਲਵਾਰਾਂ ਦੀ ਭੇਟ ਚਾੜ ਦਿੰਦੇ ਨੇ। ਦਾਤਾ, ਸਾਡੇ ਘਰਾਂ ਦੇ ਅੰਦਰ ਬੋਲੀ ਜਾਂਦੀ ਭਾਸ਼ਾ ਵੀ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਹੇ ਗਰੀਬ ਨਿਵਾਜ, ਕਦੇ ਉਹ ਸਮਾਂ ਸੀ, ਅਸੀਂ ਤੁਹਾਡੇ ਕੋਲ ਇਸ ਕਰਕੇ ਆਏ ਹਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਠੀਕ ਹੈ ਤੁਸੀਂ ਆਏ ਹੋ ਜੀ, ਆਇਆ, ਗੁਰੂ ਨਾਨਕ ਦਾ ਦਰਵਾਜ਼ਾ ਸਭਨਾਂ ਲਈ ਖੁੱਲ੍ਹਾ, ਪਰ ਇੱਕ ਗੱਲ ਪੁੱਛਾਂ। ਕਹਿਣ ਲੱਗੇ, ਪੁੱਛੋ ਮਹਾਰਾਜ। ਹਜ਼ੂਰ ਕਹਿਣ ਲੱਗੇ, ਤੁਹਾਡੇ ਕੋਲ ਤਾਂ ਬੜੇ ਵੱਡੇ ਵੱਡੇ ਲੋਕ ਨੇ, ਦੇਵੀ ਦੇਵਤਿਆਂ ਦੇ ਕੋਲ ਤੁਹਾਡੇ ਪੰਡਿਤ ਬੜੀ ਪੂਜਾ ਕਰਦੇ ਨੇ, ਉਹਨਾਂ ਨੂੰ ਤਾਂ ਆਓ, ਉਹਨਾਂ ਨੂੰ ਯਾਦ ਕਰੋ, ਕੋਈ ਤੀਰਥਾਂ 'ਤੇ ਜਾਓ, ਕੋਈ ਹਵਨ ਕਰੋ। ਤੁਸੀਂ ਤਾਂ ਬੜੇ ਦਾਅਵੇ ਕਰਦੇ ਹੋ, ਲੋਕਾਂ ਦੇ ਟੇਵੇ ਲਾਉਂਦੇ ਹੋ, ਲੋਕਾਂ ਨੂੰ ਭਵਿੱਖ ਦੱਸਦੇ ਹੋ, ਆਪਣਾ ਵੀ ਤਾਂ ਕੁਝ ਸਵਾਰਨ ਦਾ ਕਸ਼ਟ ਕਰੋ ਨਾ। ਇਹ ਠੀਕ ਹੈ, ਅਸੀਂ ਤਾਂ ਤੁਹਾਡੀ ਮਦਦ ਕਰ ਹੀ ਦਿਆਂਗੇ, ਪਰ ਤੁਹਾਡੇ ਤੁਸੀਂ ਤਾਂ ਕਹਿੰਦੇ ਹੋ ਫਲਾਨੀ ਜਗ੍ਹਾ 'ਤੇ ਬੜੀ ਗੈਬੀ ਸ਼ਕਤੀ ਹੈ, ਫਲਾਨੀ ਜਗ੍ਹਾ 'ਤੇ ਬੜੀ ਗੈਬੀ ਤਾਕਤ ਹੈ, ਤੁਸੀਂ ਕਈ ਪੰਡਿਤ ਨਗ ਬਣਾ ਕੇ ਦਿੰਦੇ ਹੋ, ਧਾਗੇ ਕਰਕੇ ਦਿੰਦੇ ਹੋ, ਪਾਣੀ ਮੰਤਰ ਕੇ ਦਿੰਦੇ ਹੋ, ਜੇ ਤੁਹਾਡੀਆਂ ਇਹਨਾਂ ਗੱਲਾਂ 'ਚ ਤਾਕਤ ਹੈ, ਤੁਸੀਂ ਕੁਝ ਨਾ ਕੁਝ ਆਹ ਕਰਦੇ ਕਿਉਂ ਨਹੀਂ? ਇੰਨੀ ਦੁਨੀਆ ਮਰ ਰਹੀ ਹੈ, ਇੰਨਾ ਮੁਲਕ ਬਰਬਾਦ ਹੋ ਰਿਹਾ, ਤੁਸੀਂ ਰੋ ਰਹੇ ਹੋ, ਖੁਦ ਕੋਈ ਨਾ ਕੋਈ ਯਤਨ ਕਰੋ, ਸਿਰ ਨੀਵੇਂ ਕਰ ਲੈ। ਕਹਿਣ ਲੱਗੇ, ਨਹੀਂ ਮਹਾਰਾਜ, ਇਹ ਨਹੀਂ ਹੋਣਾ, ਕਿਉਂਕਿ ਅਸੀਂ ਸਭ ਆਰ ਪਾਰ ਕਰਕੇ ਵੇਖੇ ਨੇ। ਫਿਰ ਮਹਾਰਾਜ ਕਹਿਣ ਲੱਗੇ, ਤੁਹਾਡੇ ਕੋਲ ਤਾਂ ਵੱਡੇ ਵੱਡੇ ਰਾਜਪੂਤ ਰਾਜੇ ਨੇ ਜਿਹੜੇ ਦਿੱਲੀ ਦਰਬਾਰ ਵਿੱਚ ਕੁਰਸੀਆਂ 'ਤੇ ਬਹਿੰਦੇ ਨੇ, ਉਹਨਾਂ ਨੂੰ ਜਾ ਕੇ ਫਰਿਆਦ ਕਰੋ ਵੀ ਉਹ ਤੁਹਾਨੂੰ ਬਚਾਉਣ। ਕਹਿਣ ਲੱਗੇ, ਮਹਾਰਾਜ, ਉਹ ਤਾਂ ਕਦੋਂ ਦੇ ਡੋਲੇ ਦੇ ਕੇ ਵਿਕ ਗਏ ਨੇ, ਉਹਨਾਂ ਨੇ ਕੌਮ ਨੂੰ ਪਿੱਠ ਦੇ ਦਿੱਤੀ ਹੈ, ਉਹਨਾਂ ਨੂੰ ਵਜ਼ੀਰੀਆਂ ਭੋਗਣ ਵਾਸਤੇ ਮਿਲ ਗਈਆਂ ਨੇ, ਇੰਨਾ ਥੋੜ੍ਹਾ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਕਮਾਲ ਹੈ, ਤੁਹਾਡਾ ਕੋਈ ਵੀ ਬਾਹ ਫੜਨ ਵਾਲਾ ਨਹੀਂ। ਕਹਿਣ ਲੱਗੇ, ਸੱਚੇ ਪਾਤਸ਼ਾਹ, ਇੱਕ ਤੁਸੀਂ ਤਾਂ ਹੋ। ਧੰਨ ਗੁਰੂ ਨਾਨਕ ਮਹਾਰਾਜ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਉਹਨੂੰ ਜਾਬਰ ਕਹਿਣ ਵਾਲੇ, ਹਮਾਯੂ ਨੂੰ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਗਰੂਰ ਤੋੜਨ ਵਾਲੇ, ਇੱਕ ਤੁਹਾਡਾ ਹੀ ਤਾਂ ਲੰਗਰ ਹੈ ਜਿੱਥੇ ਅਕਬਰ ਵਰਗੇ ਬਹਿ ਕੇ ਆਪ ਦਾਲ ਪ੍ਰਸ਼ਾਦਾ ਛੱਕ ਗਏ ਸਨ। ਤੁਹਾਡੀਆਂ ਤੇਗਾਂ ਨੇ ਜਹਾਂਗੀਰ ਦੇ ਛੱਕੇ ਛੁਡਾ ਛੱਡੇ ਸਨ। ਗਰੀਬ ਨਿਵਾਜ, ਸੱਚੇ ਪਾਤਸ਼ਾਹ, ਤੁਹਾਡੇ ਘਰ ਦੀ ਤਾਂ ਮਰਿਆਦਾ ਬੜੀ ਉੱਤਮ ਹੈ, ਬੜੀ ਬਹਾਦਰੀ ਹੈ, ਬੜਾ ਪਰਉਪਕਾਰ, ਬੜੀਆਂ ਕੁਰਬਾਨੀਆਂ ਨੇ ਤੁਹਾਡੇ ਪੁਰਖੇ ਤਤੀਆਂ ਤਵੀਆਂ 'ਤੇ ਬਹਿ ਕੇ ਲੋਕਾਂ ਨੂੰ ਦਾਤਾਂ ਦੇ ਗਏ, ਜੀਵਨ ਦਾਨ ਦੇ ਗਏ ਸੱਚੇ ਪਾਤਸ਼ਾਹ, ਇਸ ਕਰਕੇ ਤੁਸੀਂ ਦੱਸੋ, ਤੁਹਾਡੇ ਵਰਗਾ ਕੋਈ ਹੋਰ ਹੁੰਦਾ ਤਾਂ ਅਸੀਂ ਉਹਦੇ ਕੋਲ ਨਾ ਚਲੇ ਜਾਂਦੇ? ਤੁਸੀਂ ਇੱਕੋ ਇੱਕ ਧੀ ਹੋ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਆ ਕੇ ਅਸੀਂ ਸੀਸ ਝੁਕਾਇਆ। ਹਜ਼ੂਰ ਆਪਣੇ ਪੁੱਤਰ ਨੂੰ ਬੁਲਾਉਂਦੇ ਨੇ, ਜਿਨ੍ਹਾਂ ਨੂੰ ਅੱਜ ਆਪਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਹਾਂ। ਹਜ਼ੂਰ ਨੇ ਪੁੱਤਰ ਦਾ ਹਿਰਦਾ ਟੋਣਾ ਚਾਹਿਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੋਬਿੰਦ ਰਾਏ ਜੀ, ਇਹ ਪੰਡਿਤ ਆਏ ਨੇ, ਇਹ ਆਪਣੀ ਵਿਥਿਆ ਸੁਣਾਉਂਦੇ ਨੇ, ਦੁੱਖੜਾ ਸਾਡੇ ਨਾਲ ਸਾਂਝਾ ਕਰਦੇ ਨੇ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪੁੱਛ ਦੇ ਉੱਤੇ ਗੋਬਿੰਦ ਰਾਏ 9 ਸਾਲ ਦੀ ਉਮਰ, ਗਰੀਬ ਨਿਵਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਪਰਉਪਕਾਰੀ ਹੋ, ਤੁਹਾਡੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਗਿਆ, ਕਿਸੇ ਦੁਖੀ ਦੀ ਅੱਖ ਦੇ ਵਿੱਚ ਅਥਰੂ ਹੋਵੇ ਅਤੇ ਉਹਨੂੰ ਗੁਰੂ ਨਾਨਕ ਦੇ ਘਰ 'ਚੋਂ ਧੀਰਜ ਨਾ ਮਿਲੇ, ਇਤਿਹਾਸ ਵਿੱਚ ਐਸਾ ਕਦੇ ਨਹੀਂ ਹੋਇਆ, ਤੁਸੀਂ ਤਾਂ ਬਖਸ਼ਿਸ਼ਾਂ ਦੇ ਮਾਲਕ ਹੋ ਸੱਚੇ ਪਾਤਸ਼ਾਹ, ਇਹਨਾਂ ਦੀ ਬਾਂਹ ਤੁਹਾਡੇ ਤੋਂ ਬਿਨਾਂ ਕਿਸ ਫੜਨੀ ਹੈ, ਤੁਹਾਡੇ ਫੈਸਲੇ ਅਟਲ ਨੇ। ਹਜ਼ੂਰ ਮਹਾਰਾਜ ਖੁਸ਼ ਆਇਆ, ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਲਿਆ, ਗੁਰਤਾ ਗੱਦੀ ਬਖਸ਼ਿਸ਼ ਕੀਤੀ, ਸਾਹਿਬ ਦਿੱਲੀ ਵੱਲ ਨੂੰ ਚੱਲ ਪਏ।
ਦਿੱਲੀ ਵਿੱਚ ਜਾ ਕੇ ਹਜ਼ੂਰ ਨੇ ਤਿੰਨ ਸਿੱਖਾਂ ਸਮੇਤ ਸ਼ਹਾਦਤ ਦਾ ਜਾਮ ਪੀਤਾ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲ ਦਾਸ ਸਮੇਤ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਸੀਸ ਕਲਮ ਕਰਵਾਇਆ। ਸ਼ਹਾਦਤ ਦਾ ਜਾਮ ਪੀ ਕੇ ਸਰੁੜਦੀ ਹੋਈ ਹਿੰਦ ਨੂੰ ਮੇਰੇ ਗਰੀਬ ਨਵਾਜ ਨੇ, ਕਦੇ ਤੁਸੀਂ ਗੌਰ ਕਰਨਾ, ਇੱਕ ਨਿੱਕੀ ਜਿਹੀ ਉਦਾਹਰਣ ਦੇਣਾ ਤੁਹਾਨੂੰ। ਬਹੁਤ ਮਹਿੰਗਾ ਕੱਪੜਾ, ਬੀਬੀਆਂ ਖਾਸ ਤੌਰ 'ਤੇ ਉਹਨਾਂ ਦਾ ਵਾਹ ਇਹਨਾਂ ਕੰਮਾਂ ਨਾਲ ਥੋੜ੍ਹਾ ਜ਼ਿਆਦਾ ਪੈਂਦਾ। ਬਹੁਤ ਮਹਿੰਗਾ ਕੱਪੜਾ ਹੋਵੇ ਘਰ ਦੇ ਵਿੱਚ, ਆਪਾਂ ਜਦੋਂ ਲਿਆਉਂਦੇ ਹਾਂ ਸੂਟ, ਉਹਨੂੰ ਪਹਿਨ ਕੇ ਹੰਢਾ ਲੈਂਦੇ ਹਾਂ, ਜਦੋਂ ਪਾਉਣ ਦੇ ਯੋਗ ਨਾ ਰਹਿ ਜਾਏ, ਪੁਰਾਣਾ ਹੋ ਜਾਏ ਜ਼ਿਆਦਾ, ਅਤੇ ਉਹ ਪਾਟਾ ਕੱਪੜਾ ਵੀ ਕਈ ਵਾਰ ਸਾਡਾ ਹੰਢਿਆ ਕੱਪੜਾ ਵੀ ਸੁੱਟਣ ਨੂੰ ਜੀ ਨਹੀਂ ਕਰਦਾ। ਅਤੇ ਸਿਆਣੀਆਂ ਬੀਬੀਆਂ ਜਿਹੜੀਆਂ ਘਰ ਬਣਾਉਣ ਦੇ ਉੱਤੇ ਵਿਸ਼ਵਾਸ ਰੱਖਦੀਆਂ ਨੇ, ਇਹ ਵੈਸੇ ਬੜੀ ਵੱਡੀ ਕਹਾਵਤ ਹੈ ਵੀ ਔਰਤ ਘਰ ਬਣਾਉਂਦੀ ਹੈ, ਜੇ ਘਰ ਦੇ ਵਿੱਚ ਔਰਤ ਜਿਹੜੀ ਹੈ ਉਹ ਕਿਰਸ ਨਾ ਕਰੇ, ਬਚਤ ਨਾ ਕਰੇ, ਅਤੇ ਘਰਾਂ ਦੇ ਘਰ ਬਰਬਾਦ। ਬੰਦਾ ਜਿੰਨੀ ਮਰਜ਼ੀ ਬਾਹਰ ਕਮਾਈ ਕਰ ਲੈ, ਘਰ ਨਹੀਂ ਬਣ ਸਕਦਾ। ਇਹ ਔਰਤ ਹੀ ਹੈ ਜਿਹੜੀ ਪੈਸੇ 'ਚੋਂ ਪੈਸਾ ਕੱਢਦੀ ਹੈ, ਇਹ ਔਰਤ ਹੀ ਹੈ ਜਿਹੜੀ ਕਿਰਸ ਕਰਦੀ ਹੈ, ਜਿਹੜੀ ਰੁੱਖਾ ਖਾ ਕੇ ਵੀ ਆਪਣੇ ਘਰ ਦੇ ਵਿੱਚ ਗੁਜ਼ਾਰਾ ਕਰਦੀ ਹੈ, ਔਰ ਆਪਣੇ ਘਰ ਦੀ ਕਮਜ਼ੋਰੀ ਨੂੰ ਬਾਹਰ ਨਹੀਂ ਦੱਸਦੀ। ਕਦੇ ਸਾਡਾ ਸਮਾਜ ਸੀ, ਬਜ਼ੁਰਗ ਕਿਹਾ ਕਰਦੇ ਸਨ, ਤੁਸੀਂ ਘਰੇ ਭੁੱਖੇ ਵੀ ਹੋਵੋ ਨਾ, ਜਦੋਂ ਗਲੀ 'ਚ ਨਿਕਲੋ ਤਾਂ ਭਾਵੇਂ ਝੂਠਾ ਡਕਾਰ ਹੀ ਮਾਰੋ, ਮਾਰੋ ਜ਼ਰੂਰ, ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੁਸੀਂ ਆਪਣੇ ਘਰ 'ਚ ਭੁੱਖੇ ਹੋ। ਤੁਸੀਂ ਆਪਣੇ ਘਰ ਮਾੜਾ ਪਹਿਨ ਦਿਓ, ਪਰ ਪਾਇਓ ਧੋਤਾ, ਸਾਫ਼ ਸੁਥਰਾ ਪਾਇਓ। ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਸਾਡੇ ਘਰ ਦੇ ਵਿੱਚ ਕਿਸੇ ਗੱਲ ਦੀ ਕਮੀ ਹੈ। ਕਿਸੇ ਅੱਗੇ ਆਪਣੇ ਘਰ ਦਾ ਦੁੱਖ ਨਾ ਇਸ ਤਰ੍ਹਾਂ ਪੋਲਿਓ, ਕਮਜ਼ੋਰੀ ਨਾ ਦੱਸਿਓ। ਆਪਣੇ ਘਰ ਦੀਆਂ ਗੱਲਾਂ ਨੂੰ ਆਪਣੇ ਘਰ ਦੇ ਵਿੱਚ ਰੱਖ। ਕਿੰਨੇ ਦਾਨੇ ਹੁੰਦੇ ਸਨ ਸਾਡੇ ਉਹ ਬਜ਼ੁਰਗ, ਅੱਜ ਵੇਖੋ ਅਸੀਂ ਕਿੱਥੇ ਚਲੇ ਗਏ। 20 ਸਾਲ, 18 ਸਾਲ ਧੀ ਨੂੰ ਜੰਮ ਕੇ ਮਾਂ ਪਾਲਦੀ ਹੈ, 18 ਸਾਲ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਮਾਂ ਬਾਪ ਮਿਹਨਤ ਕਰਕੇ ਪਾਲਦੇ, ਪੜ੍ਹਾਉਂਦੇ, ਸਿਖਾਉਂਦੇ ਨੇ, ਅਤੇ ਵਿਆਹ ਵਾਸਤੇ ਪੁੱਛਣ ਕਿਹਨੂੰ ਜਾਂਦੇ ਨੇ? ਜੋਤਸ਼ੀ ਨੂੰ। ਵਾਹ ਮੇਰੀ ਕੌਮ ਦੀ ਅਕਲੇ, ਜੰਮੋ ਤੁਸੀਂ, ਪਾਲੋ ਤੁਸੀਂ, ਅਤੇ ਵਿਆਹ ਕਦੋਂ ਕਰਨਾ ਇਹ ਤੁਹਾਨੂੰ ਕੋਈ ਦੂਜਾ ਬੰਦਾ ਦੱਸੇ? ਕਮਾਲ ਹੈ, ਇਹ ਵੀ ਹੱਕ ਮਾਂ ਪਿਓ ਨੇ ਆਪਣਾ ਗਵਾ ਲਿਆ। ਉਹ ਜੰਮਣ ਵਾਲਿਓ, ਪਾਲਣ ਵਾਲਿਓ, ਤੁਹਾਡਾ ਇਹ ਵੀ ਹੱਕ ਨਹੀਂ ਰਹਿ ਗਿਆ ਵੀ ਆਪਣੀ ਧੀ ਦੇ ਵਿਆਹ ਦਾ ਦਿਨ ਤੁਸੀਂ ਆਪ ਰੱਖ ਸਕੋ, ਆਪਣੇ ਪੁੱਤਰ ਦੇ ਵਿਆਹ ਦਾ ਦਿਨ ਤੁਸੀਂ ਆਪ ਨੀਯਤ ਕਰ ਸਕੋ। ਇਸ ਤੋਂ ਵੱਡੀ ਗੁਲਾਮੀ ਹੋਰ ਕੀ ਹੋ ਸਕਦੀ ਹੈ? ਤੁਸੀਂ ਤਾਂ ਦੱਸੋ ਨਾ, ਜਿਸ ਵੇਲੇ ਧੀ ਪੁੱਤਰ ਜਨਮ ਲੈਂਦਾ, ਘਰ ਦੇ ਵਿੱਚ ਚਾਹ ਚੜ੍ਹ ਜਾਂਦੇ ਨੇ, ਚੰਗਾ ਖਾਣ ਪੀਣ ਵਾਲਾ ਮਾਹੌਲ ਬਣ ਜਾਂਦਾ, ਖੁਸ਼ੀਆਂ ਨਾਲ ਬੱਚਿਆਂ ਨੂੰ ਪਾਲਿਆ ਜਾਂਦਾ, ਬਾਪ ਬਾਹਰੋਂ ਆਏ ਭਾਵੇਂ ਪਸੀਨੋ ਪਸੀਨੇ ਹੋਵੇ, ਧੀ ਦਾ ਪੁੱਤ ਦਾ ਮੱਥਾ ਚੁੰਮਦਾ, ਉਹਨੂੰ ਛਾਤੀ ਨਾਲ ਲਾਉਂਦਾ, ਮਾਂ ਦੇ ਕੋਲੋਂ ਇੱਕ ਪਲ ਉਹ ਬੱਚਾ ਦੂਰ ਹੋ ਜਾਏ, ਉਸੇ ਵੇਲੇ ਕੋਈ ਆਖੇ ਨਾ ਆ ਕੇ ਸਲਾਹ ਦੇਵੇ, ਠਾਣੀ ਕੋਈ ਆਲੇ ਦੁਆਲੇ 'ਚੋਂ ਚਾਚੀ ਤਾਈ ਕੋਈ ਗੁਆਂਢਣ, ਬੱਚੇ ਨੂੰ ਇਵੇਂ ਨਾ ਕਰੋ, ਇਵੇਂ ਕਰ ਲਿਆ ਕਰੋ, ਇਵੇਂ, ਜੇ ਸਾਨੂੰ ਚੰਗੀ ਨਾ ਨਾ ਲੱਗੇ ਤਾਂ ਕਈ ਵਾਰ ਮਾਈਆਂ ਗਲ ਪੈ ਜਾਂਦੀਆਂ, ਆਪਦੀ ਸਲਾਹ ਆਪਣੇ ਘਰ ਰੱਖੋ, ਸਾਡਾ ਨਿਆਣਾ, ਸਾਨੂੰ ਪਤਾ ਅਸੀਂ ਕਿਵੇਂ ਪਾਲਣਾ। ਅਕਸਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ, ਪਰ ਕਮਾਲ ਹੈ, ਉਸ ਬੱਚੇ ਨੂੰ ਵਿਆਹੁਣ ਦੀ ਘੜੀ ਆਉਂਦੀ ਹੈ, ਭਾਵੇਂ ਉਹ ਧੀ ਹੈ ਭਾਵੇਂ ਉਹ ਪੁੱਤਰ ਹੈ, ਉਸ ਵੇਲੇ ਲੋਕ ਪੰਡਤਾਂ ਕੋਲੋਂ ਮਹੂਰਤ ਕਢਵਾਉਂਦੇ ਨੇ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਵਿੱਚ ਕਹਿੰਦੇ ਨੇ, ਸਾਹਾ ਗਣੈ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ। ਇੱਕ ਸ਼ਬਦ ਕਿਹਾ, ਗਣ ਗਣ ਜੋਤਿਕ ਕਾਂਡੀ ਕੀਨੀ, ਪੜ੍ਹੇ ਸੁਣਾਵੇ ਤਤ ਨਾ ਚੀਨੀ, ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਪਵਿੱਤਰ ਵਾਕ ਆਪਾਂ ਗੁਰੂ ਕੇ ਸਿੱਖਾਂ ਨੇ ਆਪਣੇ ਪੱਲੇ ਨਾਲ ਬੰਨ ਕੇ ਰੱਖਿਆ। ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਸਾਡੇ ਭਰਮ ਟੁੱਟ ਜਾਣ,
ਜਿਨ੍ਹਾਂ ਦੀ ਇੱਜ਼ਤ ਨੂੰ ਬਚਾਉਣ ਵਾਸਤੇ, ਜਿਨ੍ਹਾਂ ਦੀ ਆਬਰੂ ਕਾਇਮ ਰੱਖਣ ਵਾਸਤੇ, ਜਿਨ੍ਹਾਂ ਨੂੰ ਜੀਵਨ ਦਾਨ ਦੇਣ ਵਾਸਤੇ ਜਿਹੜੇ ਪੰਡਿਤ ਗੁਰੂ ਸਾਹਿਬ ਦੇ ਚਰਨਾਂ 'ਚ ਸਿਰ ਝੁਕਾ ਕੇ ਖੜ੍ਹੇ ਸਨ, ਅੱਖਾਂ ਵਿੱਚ ਅਥਰੂ ਸਨ, ਉਹਨਾਂ ਦੀ ਆਬਰੂ ਬਚਾਉਣ ਲਈ ਤੁਹਾਡੇ ਗੁਰੂ ਨੇ ਆਪਣਾ ਸੀਸ ਕਲਮ ਕਰਵਾਇਆ ਤਿੰਨ ਸਿੱਖਾਂ ਦੇ ਸਮੇਤ, ਗੁਰੂ ਕੇ ਸਿੱਖੋ, ਤੁਸੀਂ ਉਹਨਾਂ ਹਾਰਿਆਂ ਹੋਇਆਂ ਅੱਗੇ, ਉਹਨਾਂ ਕੰਗਲਿਆਂ ਅੱਗੇ, ਉਹ ਜਿਹੜੇ ਫਰਿਆਦਾਂ ਲੈ ਕੇ ਤੁਹਾਡੇ ਗੁਰੂ ਦੇ ਸਨਮੁਖ ਆਏ ਸਨ, ਤੁਸੀਂ ਜਾ ਕੇ ਕੇਵਲ ਆਪਣੀ ਨਹੀਂ ਗੁਰੂ ਨਾਨਕ ਦੀ ਸਿੱਖੀ ਦੀ ਵੀ ਤੌਹੀਨ ਕਰ ਦਿੱਤੀ ਹੈ। ਸਾਡੇ ਗਿਆਨੀ ਜੀ ਜ਼ਿਕਰ ਕਰ ਰਹੇ ਸਨ, ਮੈਂ ਇੱਕ ਜਗ੍ਹਾ 'ਤੇ ਪੜ੍ਹਿਆ ਸੀ ਇੱਕ ਅਖਬਾਰ, ਬੜੇ ਦਾਨੇ ਬੰਦੇ ਲਈ ਉਹ ਗੱਲ ਲਿਖੀ ਹੋਏਗੀ, ਕਹਿਣ ਲੱਗਿਆ ਵੀ ਹਰ ਚੀਜ਼ ਦੀ ਨਿਸ਼ਾਨੀ ਹੁੰਦੀ ਹੈ। ਬੰਦਾ ਬਿਮਾਰ ਹੋਵੇ, ਚਿਹਰਾ ਉਤਰਿਆ ਹੁੰਦਾ, ਹੌਲੀ ਹੌਲੀ ਤੁਰਦਾ, ਖੰਘਦਾ, ਕਈ ਗੱਲਾਂ ਹੁੰਦੀਆਂ ਨੇ, ਵੇਖ ਕੇ ਪਤਾ ਲੱਗ ਜਾਂਦਾ ਬੰਦੇ ਦੀ ਸਿਹਤ ਠੀਕ ਨਹੀਂ। ਬੱਦਲ ਆ ਜਾਏ ਤਾਂ ਪਤਾ ਲੱਗ ਜਾਂਦਾ ਮੀਂਹ ਪਵੇਗਾ, ਹਵਾ ਰੂਕ ਪਵੇ, ਛੇਤੀ ਛੇਤੀ ਮਾਈਆਂ ਤਾਰਾਂ 'ਤੇ ਪਏ ਹੋਏ ਕੱਪੜੇ ਲਾਹ ਕੇ ਅੰਦਰ ਸੁੱਟਦੀਆਂ ਨੇ, ਹਨੇਰੀ ਆਉਣ ਵਾਲੀ ਹੈ। ਹਰ ਗੱਲ ਦੀ ਨਿਸ਼ਾਨੀ ਹੁੰਦੀ ਹੈ ਨਾ, ਭਾਵੇਂ ਕੋਈ ਚੰਗਾ ਹੋਵੇ ਭਾਵੇਂ ਕੋਈ ਮਾੜਾ ਹੋਵੇ, ਜਿਸ ਘਰ ਦੇ ਵਿੱਚ ਬੱਚਾ ਆਪਣੇ ਬਾਪ ਦੇ ਸਾਹਮਣੇ ਗਲਤ ਗੱਲਾਂ ਕਰੇ, ਨਿਸ਼ਾਨੀ ਹੁੰਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਪ ਦੀ ਇੱਜ਼ਤ ਕਾਇਮ ਨਹੀਂ ਰਹਿਣੀ ਇਸ ਘਰ ਦੇ ਅੰਦਰ, ਕਿਉਂਕਿ ਬੱਚਾ ਆਪਣੇ ਬਾਪ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਦਾ। ਜਿਹੜੀ ਧੀ ਆਪਣੀ ਮਾਂ ਨੂੰ ਜਵਾਬ ਦੇਵੇ ਕੰਮ ਤੋਂ, ਸਮਝ ਲੈਣਾ ਚਾਹੀਦਾ ਸਹੁਰੇ ਘਰ ਦੇ ਵਿੱਚ ਸੁਖੀ ਨਹੀਂ ਵਸੇਗੀ। ਜਿਹੜੀ ਧੀ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦੀ ਉਹ ਸੱਸ ਦੀ ਇੱਜ਼ਤ ਕਿੱਥੋਂ ਕਰੇਗੀ? ਜਿਹੜੀ ਮਾਂ ਆਪਣੀ ਧੀ ਨੂੰ ਸਿਉਣਾ ਅਤੇ ਪਰੋਣਾ, ਬਣਾਉਣਾ ਅਤੇ ਪਕਾਉਣਾ ਅਤੇ ਵਰਤਾਉਣਾ ਨਾ ਸਿਖਾਏ, ਸਮਝਿਆ ਜਾ ਸਕਦਾ ਇਹ ਮਾਂ ਨੇ ਆਪਣੀ ਧੀ ਨੂੰ ਸਹੁਰੇ ਘਰ 'ਚ ਵਸਣ ਨਹੀਂ ਦੇਣਾ, ਕਿਉਂਕਿ ਇਹਨੂੰ ਕੱਖ ਵੀ ਨਹੀਂ ਸਿਖਾਉਂਦੀ। ਇਹ ਨਿਸ਼ਾਨੀਆਂ ਹੁੰਦੀਆਂ ਨੇ ਸਮਾਜ ਦੀਆਂ, ਇਹ ਸਭ ਨਿਸ਼ਾਨੀਆਂ ਨੇ। ਇਹਨਾਂ ਨਿਸ਼ਾਨੀਆਂ ਤੋਂ ਅੰਦਾਜ਼ਾ ਲੱਗ ਜਾਂਦਾ ਵੀ ਕੀ ਸਹੀ ਹੋਣ ਵਾਲਾ ਅਤੇ ਕੀ ਗਲਤ ਹੋਣ ਵਾਲਾ। ਉਹਨੇ ਇਹ ਗੱਲ ਬੜੀ ਕੀਮਤੀ ਲਿਖੀ, ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹ ਕਹਿਣ ਲੱਗਿਆ, ਜਿਨ੍ਹਾਂ ਦੇ ਗੁੱਟਾਂ 'ਤੇ ਤੁਸੀਂ ਵੇਖੋ ਰੰਗ ਬਿਰੰਗੇ ਧਾਗੇ ਬੱਝੇ, ਜਿਨ੍ਹਾਂ ਦੇ ਗਲਾਂ 'ਚ ਪਾਏ ਹੋਏ ਕੈਪਸੂਲ ਵੇਖੋ, ਨਿੱਕੇ ਜਿਹੇ ਸ਼ਬਦ ਜਿਹੇ ਬਣਾ ਕੇ ਗਲਾਂ 'ਚ ਪਾ ਲੈਂਦੇ ਨੇ ਸੱਤ ਅੱਠ ਗੰਢਾਂ ਦੇ ਕੇ। ਕਹਿਣ ਲੱਗਿਆ, ਸਮਝ ਲਓ ਪੱਕੀ ਨਿਸ਼ਾਨੀ ਹੈ, ਬੰਦਾ ਪੱਕਾ ਵਹਿਮੀ ਹੈ। ਇਹ ਹਰ ਗੱਲ ਦੀ ਨਿਸ਼ਾਨੀ ਹੁੰਦੀ ਹੈ ਨਾ, ਚੰਗੀ ਜਾਂ ਮਾੜੀ, ਵੀ ਬੰਦਾ ਵਹਿਮੀ ਹੈ। ਇਹਨੂੰ ਨਾ ਆਪਣੇ ਆਪ 'ਤੇ ਭਰੋਸਾ, ਨਾ ਸੱਚੇ ਰੱਬ 'ਤੇ ਭਰੋਸਾ, ਇਹਨੂੰ ਵਹਿਮ ਹੈ ਕਿਸੇ ਗੱਲ ਦਾ, ਭਰਮ ਹੈ ਵੀ ਇਹਦੇ ਨਾਲ ਮੈਂ ਇਵੇਂ ਹੋ ਜਾਣਾ, ਇਹਦੇ ਨਾਲ ਮੈਂ ਇਵੇਂ ਹੋ ਜਾਣਾ, ਉਹਦੇ ਨਾਲ ਮੈਂ ਇਵੇਂ ਹੋ ਜਾਣਾ। ਇਹ ਪੱਕਾ ਵਹਿਮੀ ਹੈ ਬੰਦਾ, ਇਹਦਾ ਗਿਆਨ ਨਾਲ ਅਜੇ ਤੱਕ ਵਾਹ ਨਹੀਂ ਪਿਆ। ਇਹ ਨਿਸ਼ਾਨੀਆਂ ਨੇ ਨਾ ਸਮਾਜ ਦੀਆਂ। ਇਹ ਦਾਨੇ ਬੰਦਿਆਂ ਨੂੰ ਇਹ ਗੱਲਾਂ ਪਤਾ ਨੇ ਵੀ ਹਰ ਚੰਗੇ ਜਾਂ ਮੰਦੇ ਦੀਆਂ ਕੁਝ ਨਿਸ਼ਾਨੀਆਂ ਹੋਇਆ ਕਰਦੀਆਂ ਨੇ। ਇਹਨਾਂ ਨਿਸ਼ਾਨੀਆਂ ਤੋਂ ਪਤਾ ਲੱਗਦਾ ਵੀ ਕੀ ਸਹੀ ਹੋ ਰਿਹਾ, ਕੀ ਗਲਤ ਹੋ ਰਿਹਾ, ਕਿੱਥੇ ਚੰਗਾ ਹੋ ਰਿਹਾ, ਕਿੱਥੇ ਮੰਦਾ ਹੋ ਰਿਹਾ। ਸਮਝ ਲੈਣਾ ਚਾਹੀਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਤੋਂ ਸਾਡਾ ਸਮਾਜ ਕਿੰਨਾ ਟੁੱਟ ਗਿਆ। ਅੱਜ ਤੋਂ 10 ਸਾਲ ਪਹਿਲਾਂ ਕਦੇ ਤੁਸੀਂ ਇੰਨੀਆਂ ਪੱਕੀਆਂ, ਇੰਨੀਆਂ ਵੱਡੀ ਤਾਦਾਦ ਵਿੱਚ ਕਬਰਾਂ ਵੇਖੀਆਂ ਨੇ ਪਿੰਡਾਂ ਦੇ ਵਿੱਚ? ਉਹ ਵੀ ਪਿੰਡ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਇਕੱਲੀ ਸਿੱਖਾਂ ਦੀ ਵਸੋਂ ਹੈ, ਹੋਰ ਕੋਈ ਨਹੀਂ ਰਹਿੰਦਾ, ਨਾ ਕੋਈ ਹਿੰਦੂ ਭਰਾ ਰਹਿੰਦਾ, ਨਾ ਕੋਈ ਮੁਸਲਮਾਨ, ਨਾ ਕੋਈ ਇਸਾਈ ਰਹਿੰਦਾ, ਇਕੱਲੇ ਸਿੱਖ ਹੀ ਰਹਿੰਦੇ ਨੇ। ਅਤੇ ਕਈ ਪਿੰਡਾਂ 'ਚ ਜਾਣ ਦਾ ਮੌਕਾ ਬਣਦਾ, ਗੁਰਦੁਆਰੇ ਨਿੱਕੇ ਨਿੱਕੇ ਨੇ, ਕਬਰਾਂ ਦੇ ਉੱਤੇ 3-3 ਮੰਜ਼ਲਾਂ ਪਾ ਦਿੱਤੀਆਂ ਨੇ, ਉੱਤੇ ਗੁੰਬਦ ਵੀ ਚੜ੍ਹਾ ਦਿੱਤਾ, ਸੋਹਣਿਆਂ ਨੇ ਉਹ ਦਰਬਾਰ ਵੀ ਸੋਹਣੇ ਬਣਾ ਦਿੱਤੇ ਜਿੱਥੇ ਜਾ ਕੇ ਉਹ ਤੇਲ ਪਾਉਂਦੇ ਸਨ। ਅਤੇ ਪੁੱਛਿਆ ਵੀ ਗੁਰੂ ਕੇ ਪਿਆਰਿਓ, ਤੁਹਾਡੇ ਪਿੰਡ 'ਚ ਗੁਰਦੁਆਰਾ, ਤੁਸੀਂ ਸਾਰੇ ਸਿੱਖਾਂ ਦਾ ਪਿੰਡ ਹੋ, ਕੀ ਹੋ ਗਿਆ ਇਹਨੂੰ, ਤੁਸੀਂ ਕਿਉਂ? ਜਦੋਂ ਪਾਕਿਸਤਾਨ ਵਿੱਚ ਉਹ ਬਜ਼ੁਰਗ ਚਲੇ ਗਏ ਸਨ, ਮੁਸਲਮਾਨ ਜਦੋਂ ਚਲੇ ਗਏ, ਉਧਰੋਂ ਸਿੱਖ ਆਬਾਦੀ ਇੱਧਰ ਆ ਗਈ, ਵੱਟ ਫੱਟ ਹੋਈ, ਬੜੀ ਮਾੜੀ ਘਟਨਾ ਹੋਈ 47 ਦੇ ਅੰਦਰ।
ਖਮਿਆਜ਼ਾ ਤੇ ਭੁਗਤਿਆ ਪੰਜਾਬ ਨੇ ਨੇਤਾਵਾਂ ਦਾ, ਆਗੂਆਂ ਦਾ, ਲੀਡਰਾਂ ਦਾ ਕੀ ਗਿਆ? ਉਹਨਾਂ ਦਾ ਤਾਂ ਨਾ ਪੁੱਤ ਮਰਿਆ, ਨਾ ਧੀ ਮਰੀ, ਨਾ ਜ਼ਮੀਨ ਗਈ, ਨਾ ਜਾਇਦਾਦ ਗਈ। ਮਰੇ ਤੇ ਸਾਡੇ ਬਜ਼ੁਰਗ ਜਿਹੜੇ ਉਧਰੋਂ ਕੱਟਦੇ ਵੱਢਦੇ ਇੱਧਰ ਆਏ ਤੇ ਕੱਟੇ ਵੱਢੇ ਹੀ ਇੱਥੇ ਆ ਕੇ ਬਹਿ ਗਏ। ਮੁਰੱਬੇ ਛੱਡਣ ਵਾਲਿਆਂ ਨੂੰ ਇੱਧਰ ਦੋ ਦੋ ਕਨਾਲਾਂ ਜ਼ਮੀਨ ਅਲਾਟ ਹੋਈ। ਬਜ਼ੁਰਗ ਇਹਨਾਂ ਗੱਲਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਇੱਧਰ ਕੱਚੀਆਂ ਆਪਣੇ, ਕਿਉਂਕਿ ਉਹਨਾਂ ਦੇ ਕਬਰਸਤਾਨ ਨੇ ਉਹ ਮੁਰਦਿਆਂ ਨੂੰ ਦਫ਼ਨ ਕਰਦੇ ਸਨ। ਉਹ ਜਿਹਨਾਂ ਦਾ ਕੋਈ ਜਠੇਰਾ, ਕੋਈ ਵੱਡ ਵਡੇਰਾ ਸੀ, ਉੱਥੇ ਦੀਵਾ ਦੂਵਾ ਜਗਾ ਹੋਇਆ ਕਰਦੇ ਸਨ ਕਬਰਾਂ 'ਤੇ। ਵੈਸੇ ਤੁਹਾਨੂੰ ਬੇਨਤੀ ਕਰਦੇ ਹਾਂ, ਤੁਹਾਡੇ ਲਾਗੇ ਮਲੇਰਕੋਟਲਾ ਕਿਸੇ ਸਿਆਣੇ ਕੁਰਾਨ ਪੜ੍ਹਨ ਵਾਲੇ ਕਾਜ਼ੀ ਕੋਲ ਜਾਇਓ, ਮੁਫਤੀ ਕੋਲ ਜਾਇਓ, ਐਵੇਂ ਕਿਸੇ ਢਕਵਾਂ 'ਚ ਖੜਾ ਕਰਨ ਵਾਲੇ ਕੋਲ ਨਾ ਜਾਇਓ। ਜਿਵੇਂ ਆਪਣੇ 'ਚ ਸਿਆਣੇ ਦਾਨੇ ਗ੍ਰੰਥੀ ਵੀ ਹੁੰਦੇ ਨੇ ਨਾ, ਅਤੇ ਐਸੇ ਵੀ ਹੁੰਦੇ ਨੇ ਮੇਰੇ ਵਰਗੇ ਜਿਹੜੇ ਐਵੇਂ ਹੱਥ ਹੌਲੇ ਵੀ ਕਰੀ ਜਾਂਦੇ ਨੇ ਗੁਰਦੁਆਰਿਆਂ 'ਚ ਬੈਠੇ, ਪਾਣੀ ਨੂੰ ਫੂਕਾਂ ਮਾਰ ਕੇ ਵੀ ਪੇੜੇ ਕਰ ਕਰ ਦੇਈ ਜਾਂਦੇ ਨੇ। ਉਹ ਡਾਕਟਰਾਂ ਦੇ ਡੰਗਰ ਬਣੇ ਹੋਏ ਨੇ, ਉਹਨਾਂ ਨੂੰ ਕੰਮ ਤਾਂ ਦਿੱਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਿਓ, ਬਾਣੀ ਪੜ੍ਹਾਇਓ। ਉਹ ਮੇਰੇ ਵਰਗੇ ਕੱਚੇ ਬੰਦੇ ਨਾ ਡਾਕਟਰਾਂ ਦੇ ਡੰਗਰ ਬਣ ਗਏ ਨੇ, ਪੇੜੇ ਕਰ ਕਰ ਦੇਈ ਜਾਣਗੇ, ਰੱਬ ਦੇ ਸ਼ਰੀਕ ਬਣ ਕੇ ਬਹਿ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ। ਇਹੋ ਜਿਹੇ ਕੱਚੇ ਲੋਕਾਂ ਤੋਂ ਬਚੋ, ਔਰ ਜਿਹੜੇ ਸਿਆਣੇ ਗੁਰੂ ਘਰ ਦੇ ਗ੍ਰੰਥੀ ਨੇ ਉਹਨਾਂ ਦਾ ਮਾਣ ਸਤਿਕਾਰ ਵੀ ਕਰਿਆ ਕਰੋ। ਉਹਨਾਂ ਦਾ ਮਾਣ ਸਤਿਕਾਰ ਇਵੇਂ ਨਾ ਕਰਿਆ ਕਰੋ ਜਿਵੇਂ ਘਰ ਦੇ ਵਿੱਚ ਨਿਆਣਾ ਆ ਕੇ ਨਾ ਲੱਗੇ ਅਤੇ ਮਾਂ ਕਹਿੰਦੀ ਇਹ ਚੁੱਪ ਕਰ, ਨਹੀਂ ਤਾਂ ਬਾਬਾ ਤੁਰਿਆ ਆਉਂਦਾ ਹੀ। ਇਹੋ ਜਿਹੇ ਬਾਬੇ ਦੇ ਮੱਥੇ ਕੌਣ ਲੱਗੇਗਾ ਬਈ, ਜਿਹਦੇ ਕੋਲੋਂ ਨਿਆਣੇ ਨੂੰ, ਜਵਾਕਾਂ ਨੂੰ ਆਪਾਂ ਪਹਿਲੋਂ ਹੀ ਡਰਾ ਦਿੱਤਾ ਬਾਬਾ ਨਾ ਹੋ ਗਿਆ ਜਿਵੇਂ ਨਜ਼ਰ ਵੱਟੂ ਹੋ ਗਿਆ। ਇਹ ਬਾਬਾ ਰੱਖਿਆ ਗੁਰਦੁਆਰੇ ਦੇ ਵਿੱਚ ਪਾਠ ਸਿਖਾਉਣ ਲਈ, ਨਿਆਣੇ ਡਰਾਉਣ ਲਈ ਨਹੀਂ ਰੱਖਿਆ। ਅਤੇ ਜੇ ਘਰ ਦੇ ਵਿੱਚ ਜਵਾਕ ਆਖੀ ਨਾ ਲੱਗੇ ਤਾਂ ਮਾਈਆਂ ਕਰਨਗੀਆਂ ਜਾਂ ਗੁਰਦੁਆਰੇ ਖੇਡਿਆ, ਵੀ ਗੁਰਦੁਆਰੇ ਖੇਡਣ ਵਾਸਤੇ ਬਣੇ ਨੇ, ਗੁਰਦੁਆਰਾ ਕੁਛ ਸਿੱਖਣ ਵਾਸਤੇ ਬਣਿਆ। ਕਈ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘ ਬੜੇ ਸਿਆਣੇ ਨੇ, ਉਹ ਕਹਿੰਦੇ ਨੇ ਵੀ ਸਾਡੇ ਕੋਲ ਨਿਆਣਿਆਂ ਨੂੰ ਘੱਲੋ, ਅਸੀਂ ਇਹਨਾਂ ਨੂੰ 10 ਗੁਰੂਆਂ ਦੇ ਨਾਂ ਸਿਖਾਵਾਂਗੇ, ਅਸੀਂ ਇਹਨਾਂ ਨੂੰ 5 ਪਿਆਰਿਆਂ ਦੇ ਨਾਂ ਦੱਸਾਂਗੇ, ਇਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਕਰਨਾ। ਸਹੁੰ ਇਹ ਕਈ ਪਰਿਵਾਰਾਂ ਨੇ ਤਾਂ ਪੱਕੀ ਗੰਢ ਪੱਲੇ ਬੰਨ ਲਈਏ ਵੀ ਗੁਰਦੁਆਰੇ ਜਵਾਕ ਨਹੀਂ ਘੱਲਣਾ, ਮੜੀਆਂ 'ਤੇ ਭਾਵੇਂ ਰੋਜ਼ ਲੈ ਜਾਇਓ, ਕਬਰਾਂ 'ਤੇ ਭਾਵੇਂ ਰੋਜ਼। ਦਾਦੀ ਜਾਂਦੀ ਹੈ, 4 ਜਵਾਕ ਉਹਨੇ ਨਾਲ ਤੋਰੇ ਹੋਏ ਨੇ, ਕਿੱਥੇ ਚੱਲੀਏ? ਤੇਲ ਪਾਉਣ ਵਾਸਤੇ ਚੱਲੀਏ। ਮਾਈ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਵੀ ਲੈ ਆ ਕਰ, ਕੀ ਸਹੁੰ ਖਾ ਲਈਏ ਤੂੰ ਇੰਨੀ ਨਾਰਾਜ਼ਗੀ ਗੁਰੂ ਘਰ ਦੇ ਨਾਲ, ਇੰਨਾ ਗੁੱਸਾ ਸਿੱਖੀ ਦੇ ਉੱਤੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਇੰਨਾ ਮਾੜਾ ਲੱਗਣ ਲੱਗ ਪਿਆ? ਇਹਨਾਂ ਜਵਾਕਾਂ ਨੂੰ ਸਵੇਰੇ ਸ਼ਾਮ ਜੇ ਤੇਰੇ ਕੋਲ ਸਮਾਂ ਹੁੰਦਾ ਗੁਰਦੁਆਰੇ ਲਿਆਇਆ ਕਰ, ਮੱਥਾ ਟਿਕਾਇਆ ਕਰ, ਇਹਨਾਂ ਨੂੰ ਦੱਸਿਆ ਕਰ ਸਿੱਖੀ ਕੀ ਹੁੰਦੀ ਹੈ, ਭਾਈ ਸਾਹਿਬ ਦੇ ਕੋਲ ਲੈ ਕੇ ਆਇਆ ਕਰ। ਉਹ ਨਹੀਂ ਲੈ ਕੇ ਆਉਂਦੇ, ਇਹੋ ਜਿਹੇ ਦਾਨਿਆਂ ਦਾ ਸਤਿਕਾਰ ਕਰਨਾ ਬਣਦਾ ਜਿਹੜੇ ਇਹੋ ਜਿਹੀ ਸੇਵਾ ਨਿਭਾ ਰਹੇ ਨੇ। ਪਰ ਅਸੀਂ ਤਾਂ ਸਹੁੰ ਖਾਧੀ ਹੋਈ ਹੈ, ਗਾਉਣ ਵਾਲੀਆਂ ਨੂੰ 50,000 ਰੁਪਈਆ ਦੇ ਦੇਣਾ। ਕੀਰਤਨ ਵਾਲੇ ਜਦੋਂ ਆਉਂਦੇ ਨੇ ਨਾ, ਮੈਂ ਕਈ ਘਰਾਂ ਦੇ ਵਿੱਚ ਵੇਖਿਆ, 500 ਰੁਪਈਆ, 3 ਜਾਣੇ ਉਹ ਕੀਰਤਨ ਕਰਨ ਆਏ ਅਤੇ ਅਖੀਰ ਦੇ ਉੱਤੇ 10 ਰੁਪਈਏ ਵੀ ਕੱਢੇ ਅਤੇ 100 ਜੂਨੇ ਪੈ ਕੇ ਬਾਜੇ 'ਤੇ ਰੱਖਣ ਵਾਸਤੇ। ਅਤੇ ਹੁਣ ਵੈਸੇ ਹੀ 10-10 ਦੇ ਤੁਸੀਂ 20 ਨੋਟ ਰੱਖ ਦਿਓ, ਫਲਾਵਟ ਜੀ ਹੋ ਜਾਂਦੀ ਹੈ ਵਾਜੇ 'ਤੇ। ਅਤੇ ਕਈ ਲੋਕ ਵਾਜੇ ਵਾਲੀ ਵੇਖ ਕੇ ਬੜੇ ਪੈਸੇ ਹੋ ਗਏ, ਵੀ ਗਿਆਨੀਆਂ ਨੂੰ ਬੜੀ ਤਕੜੀ ਗੱਲ ਹੋ ਗਈ। ਉਹ 500 ਰੁਪਈਆ ਮਗਰੋਂ ਉਹਨਾਂ ਨੂੰ ਦਿੱਤਾ, ਹੁਣ ਉਹ ਵਿਚਾਰੇ ਚੁੱਪ ਕੀਤੇ ਤੁਰ ਪਏ। ਅਤੇ ਮਹਿਸੂਸ ਹੋਈ ਗੱਲ ਵੀ 500 ਰੁਪਈਆ ਸਾਰਾ ਦਿਨ ਕੱਢ ਦਿੱਤਾ ਹੈ, ਪਹਿਲਾਂ ਤੋਂ ਤੁਹਾਡੇ ਸ਼ਗਨ ਵਾਲਿਆਂ ਨੂੰ ਡੀਕਦਿਆਂ ਕੀਰਤਨ ਕਰ ਕਰਕੇ 1.5-2 ਘੰਟੇ ਇਹਨਾਂ ਵਿਚਾਰਿਆਂ ਨੇ ਇਸ ਜਗ੍ਹਾ 'ਤੇ ਬਾਣੀ ਦਾ ਕੀਰਤਨ ਕੀਤਾ, ਫਿਰ ਸਾਰਾ ਦਿਨ ਤੁਹਾਡੇ ਪਰਿਵਾਰ ਵਾਲਿਆਂ ਨੂੰ ਡੀਕਿਆ, ਸਾਰਾ ਦਿਨ ਇਹਨਾਂ ਦਾ ਤੁਸੀਂ ਕੱਢ ਦਿੱਤਾ। ਮੋਟਰਸਾਈਕਲਾਂ 'ਤੇ ਵਿਚਾਰੇ ਆਏ ਨੇ, ਤੇਲ ਦਾ ਖਰਚਾ ਵੱਖ ਕੀਤਾ, ਦਿਹਾੜੀ ਸਾਰੀ ਵੱਖ ਲਾਈ ਹੈ, ਪਰ ਚਲੋ ਧਰ ਤੋਂ 500 ਰੁਪਈਆ ਵੀ ਇਹਨਾਂ ਨੂੰ ਦੇਣ ਲੱਗਿਆਂ ਹੌਲ ਪਿਆ ਵੀ ਹਾਏ ਇੰਨੇ ਪੈਸੇ ਲੈ ਚੱਲੇ ਨੇ। ਅਤੇ ਅਗਲੇ ਹੀ ਦਿਨ ਜਦੋਂ ਮੁੰਡੇ ਦੀ ਬਰਾਤ ਜਾਣੀ ਸੀ, ਉੱਥੋਂ ਆਰਕੈਸਟਰਾ ਵਾਲੇ ਸੱਦੇ, ਉਹਨਾਂ ਨੂੰ 25,000 ਰੁਪਈਆ ਐਵੇਂ ਹੀ ਦੇ ਦਿੱਤਾ। ਜਿਹੜੇ 500-500 ਦੇ ਨੋਟ ਸੁੱਟੇ ਉਹਨਾਂ ਦਾ ਤਾਂ ਕੋਈ ਗਿਣਤੀ ਕੋਈ ਨਹੀਂ। ਇਹ ਹੈ ਸਾਡਾ ਧਰਮ ਦਾ ਪਿਆਰ, ਇਹ ਹੈ ਸਾਡੀ ਵੰਡ ਛਕਣ ਦੀ ਭਾਵਨਾ। ਇੰਨੇ ਕੁ ਦਾਨੇ ਅਤੇ ਅਕਲਮੰਦ ਲੋਕ ਹਾਂ ਅਸੀਂ ਜਿਹੜੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲ ਕੇ ਰੱਖ ਜਾਣ,
ਉਹਨਾਂ ਨੂੰ ਅਸੀਂ ਮਾਇਆ ਨਾਲ ਤੋਲ ਦਿੰਦੇ ਹਾਂ। ਜਿੰਨੇ ਵੱਡੇ ਕੋਈ ਝੂਠ ਬੋਲ ਜਾਏ ਉਨਾ ਹੀ ਉਹਨਾਂ ਦਾ ਸਤਿਕਾਰ ਬਣ ਜਾਂਦਾ ਹੈ, ਅਤੇ ਜਿਹੜੇ ਲੋਕਾਂ ਨੇ ਕਰਨਾ ਹੋਵੇ ਬਾਣੀ ਦਾ ਪ੍ਰਚਾਰ, ਉਹਨਾਂ ਨੂੰ ਤਾਂ ਅਸੀਂ ਐਰੇ ਗਹਿਰੇ ਸਮਝਦੇ ਵੀ ਇਹ ਕੀ ਚੀਜ਼ਾਂ ਹੋਈਆਂ ਬਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਰਕੈਸਟਰਾ ਵਾਲਿਆਂ ਨੂੰ ਲੋਕ ਬੂਹੇ 'ਤੇ ਖਲੋ ਖਲੋ ਉਡੀਕਦੇ, ਲੇਟ ਹੋ ਗਏ, 10 ਮਿੰਟ ਉੱਤੇ ਹੋ ਗਏ ਨੇ, ਇੰਨਾ ਟਾਈਮ ਦਿੱਤਾ ਸੀ, ਉਹਨਾਂ ਨੂੰ ਉਡੀਕ ਰਹੇ ਹੁੰਦੇ ਨੇ ਸਾਰੇ ਮਾਮੇ ਚਾਚੇ ਤਾਏ ਜਿੰਨੇ ਮੰਡੀਰ ਉੱਥੇ ਹੁੰਦੀ ਹੈ, ਸਭ ਉਡੀਕ ਰਹੇ ਹੁੰਦੇ ਨੇ। ਮਾਈਆਂ ਵੀ ਮੂੰਹ ਚੁੱਕ ਚੁੱਕ ਕੇ ਵੇਖਣਗੀਆਂ ਵੀ ਆਏ ਨਹੀਂ ਅਜੇ ਤਾਈਂ, ਆਉਂਦੇ ਸੀ ਇੱਥੇ ਪ੍ਰੋਗਰਾਮ ਵੀ ਹੋਣਾ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰਦੁਆਰਾ ਸਾਹਿਬ ਪਹੁੰਚਾਉਣ ਵਾਸਤੇ ਭਾਈ ਦਾ ਗਲਾ ਬਹਿ ਜਾਂਦਾ, ਜਿੰਨਾ ਕੁ 2 ਦਿਨ ਆਪਾਂ ਉਹਨੂੰ ਘਿਓ ਖਵਾਇਆ ਨਾ, 3ਜੇ ਦਿਨ ਕੱਢ ਕੇ ਹੀ ਅੜਦੇ ਹਾਂ। ਵਾਜਾ ਮਾਰ ਮਾਰ ਕੇ ਹਰ ਪਲਿਆ ਪਸੀਨੋ ਪਸੀਨੇ, ਉਹ ਆ ਜਾਓ ਮਹਾਰਾਜ ਦਾ ਸਰੂਪ, ਫਲਾਨਿਆ ਤੂੰ ਪਾਣੀ ਲਿਆਈ, ਫਲਾਨਿਆ ਤੂੰ ਐਵੇਂ ਕਰੀ, ਮਸਾਂ ਮਰ ਕੇ 5 ਸਿੱਖ ਇਕੱਠੇ ਕਰਦਾ ਉਹ ਸਾਰੇ ਵਿਆਹ 'ਚ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਉੱਚੇ ਉੱਚੇ ਗੁੰਬਦ ਜਿਹੜੇ ਨੇ, ਇਹ ਉੱਚੇ ਉੱਚੇ ਨਿਸ਼ਾਨ ਸਾਹਿਬ ਜਿਹੜੇ ਨੇ, ਕੀ ਇਹ ਲੋਕਾਂ ਨੂੰ ਵਿਖਾਉਣ ਵਾਸਤੇ ਰੱਖੇ ਨੇ? ਆਪਣੇ ਅੰਦਰ ਸਿੱਖੀ ਜਿਹੜੀ ਹੋਣੀ ਚਾਹੀਦੀ ਉਹ ਕਿੱਧਰ ਚਲੀ ਗਈ ਹੈ? ਆਪਣੇ ਅੰਦਰ ਦਾ ਧਰਮ ਜਿਹੜਾ ਉਹ ਕਿੱਧਰ ਚਲਿਆ ਗਿਆ? ਜਿਸ ਗੁਰੂ ਨੇ ਸਾਡੇ ਵਾਸਤੇ ਆਪਣੇ ਫਰਜ਼ੰਦ ਨੌਂ ਨਿਹਾਲ ਮੈਦਾਨੇ ਜੰਗ ਵਿੱਚ ਸ਼ਹੀਦ ਹੁੰਦੇ ਤੱਕੇ ਨੀਹਾਂ ਦੇ ਵਿੱਚ ਖਲੋਤੇ ਹੋਏ ਗੁਰੂ ਕੇ ਉਹ ਲਾਲ ਸ਼ਹਾਦਤਾਂ ਦਾ ਜਾਮ ਪੀ ਗਏ, ਅਸੀਂ ਉਹਨਾਂ ਦੇ ਡੁੱਲੇ ਹੋਏ ਖੂਨ ਦਾ ਕੀ ਮੁੱਲ ਪਾਇਆ ਹੈ ਬਈ? ਪੰਜਾਬ ਦੀ ਧਰਤੀ ਨੂੰ ਤਾਂ ਮੁਰਦਿਆਂ ਦੇ ਪੂਜਣ ਦੀ ਥਾਂ ਬਣਾ ਦਿੱਤੀ ਹੈ ਅਸੀਂ। ਜਿਉਂਦੇ ਜਾਗਦੇ ਸਤਿਗੁਰੂ ਮਹਾਰਾਜ ਨੂੰ ਛੱਡ ਕੇ ਇੰਨੇ ਕੁ ਡਰਾਕਲ ਹੋ ਗਏ ਹਾਂ, ਇੰਨੇ ਕੁ ਵਹਿਮੀ ਅਤੇ ਭਰਮੀ ਹੋ ਗਏ ਹਾਂ ਅਸੀਂ, ਅਸੀਂ ਬਾਣੀ ਤੋਂ ਕੱਖ ਨਹੀਂ ਸਿੱਖਦੇ। ਇੱਕ ਮਾਈ ਕਹਿੰਦੀ ਸੀ, ਵੇ ਪੁੱਤ ਕੱਖ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਕੋਲੋਂ, ਬੜਾ ਚਿਰ ਗੁਰਦੁਆਰੇ ਗਏ। ਮੈਂ ਕਿਹਾ ਮਾਈ ਚਾਹੀਦਾ ਕੀ ਸੀ? ਅਖੇ ਇਹ ਵੀ ਮੈਂ ਦੱਸਾਂ, ਘਰ ਦੇ ਵਿੱਚ ਸੁੱਖ ਹੋਣਾ ਚਾਹੀਦਾ, ਫਲਾਣਾ ਚਾਹੀਦਾ, ਟਮਕਾਉਣਾ ਚਾਹੀਦਾ, ਆਹ ਚਾਹੀਦਾ, ਉਹ ਚਾਹੀਦਾ। ਮੈਂ ਕਿਹਾ ਮਾਈ ਕਦੇ ਬਾਣੀ ਪੜ੍ਹੀਏ ਅਤੇ ਚੁੱਪ। ਮੈਂ ਕਿਹਾ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ, ਬਾਣੀ ਪੜ੍ਹੀਏ ਕਦੀ? ਹੁਣ ਜਿਹਨੇ ਪੜ੍ਹੀ ਨਹੀਂ ਉਹਨੂੰ ਅਗਲਾ ਸਵਾਲ ਤਾਂ ਕਰਨ ਦੀ ਲੋੜ ਹੀ ਨਹੀਂ ਸੀ ਵੀ ਸਮਝੀਏ, ਸਮਝਣਾ ਉਹਨੇ ਕੀ ਸੀ ਜਿਹਨੂੰ ਪਤਾ ਹੀ ਨਹੀਂ? ਹਾਂ ਭਾਈ ਪੜ੍ਹਦਾ ਤਾਂ ਹੁੰਦਾ, ਕਦੇ ਕਦੇ ਸੁਣ ਲਈਦੀ ਹੈ। ਮੈਂ ਕਿਹਾ ਜੋ ਸੁਣਿਆ ਉਹਦੇ ਵਿੱਚੋਂ ਕੁਝ ਸਮਝ ਆਇਆ? ਅਖੇ ਮੇਰਾ ਕੰਮ ਹੈ। ਮੈਂ ਕਿਹਾ ਨਾ ਤੂੰ ਪੜ੍ਹੇ, ਨਾ ਤੂੰ ਸੁਣੇ, ਨਾ ਤੂੰ ਸਮਝੇ, ਤੇ ਸਾਰੇ ਕੰਮ ਗੁਰੂ ਗ੍ਰੰਥ ਸਾਹਿਬ ਦੇ ਨੇ, ਤੇਰਾ ਕੋਈ ਕੰਮ ਹੀ ਨਹੀਂ। ਆਪਾਂ ਹੱਥ 'ਤੇ ਹੱਥ ਧਰ ਕੇ ਬੈਠੇ ਰਹੀਏ, ਗੁਰੂ ਗ੍ਰੰਥ ਸਾਹਿਬ ਦਿੱਤਾ ਹੈ ਸਾਨੂੰ, ਕੋਈ ਮੂਰਤੀ ਨਹੀਂ ਦਿੱਤੀ ਵੀ ਇਹਨੂੰ ਮੱਥੇ ਟੇਕ ਲਿਓ। ਗੁਰੂ ਗ੍ਰੰਥ ਸਾਹਿਬ ਦਿੱਤਾ ਹੈ ਵੀ ਇਹਦੇ 'ਚੋਂ ਗ੍ਰੰਥੀ ਸਿੰਘ ਪੜ੍ਹੇ ਅਤੇ ਤੁਸੀਂ ਸੁਣਿਓ, ਅਤੇ ਜਾਂ ਫਿਰ ਆਪ ਪੜ੍ਹਿਓ ਅਤੇ ਇਹਦੇ ਉੱਤੇ ਅਮਲ ਕਰਿਓ ਵੀ ਇਹਦੇ ਵਿੱਚ ਕੀ ਲਿਖਿਆ ਗਿਆ। ਅਸੀਂ ਸੋਚਦੇ ਹਾਂ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾ ਪੜ੍ਹਨ ਦੀ ਲੋੜ ਹੈ, ਜੇ ਕੋਈ ਪੜ੍ਹ ਕੇ ਸੁਣਾਵੇ ਤਾਂ ਸੁਣਨ ਦੀ ਲੋੜ ਵੀ ਕੋਈ ਨਹੀਂ, ਕਿਉਂਕਿ ਇਹ ਸਾਡਾ ਕੰਮ ਥੋੜ੍ਹੀ, ਤਾਂ ਇਕੱਲੇ ਭਾਈ ਦਾ ਕੰਮ ਹੈ, ਇਕੱਲੇ ਭਾਈ ਦਾ। ਮੈਨੂੰ ਯਾਦ ਹੈ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਵਾਰ ਨਾ ਗੁਰਮਤਿ ਦਾ ਬੱਚਿਆਂ ਦਾ ਕੈਂਪ ਲਾਇਆ ਸੀ, ਅਤੇ ਉਸ ਜਗ੍ਹਾ ਦੇ ਉੱਤੇ ਦੁਪਹਿਰ ਦੇ ਵੇਲੇ, ਗਰਮੀਆਂ ਦਾ ਮੌਸਮ ਆ, ਮਈ ਜੂਨ ਦੇ ਮਹੀਨੇ ਸਨ, ਅਤੇ ਗਰਮੀਆਂ ਦਿਨ ਅਸੀਂ ਗੁਰਦੁਆਰੇ ਦੇ ਇੱਕ ਬਰਾਂਡੇ ਵਿੱਚ ਬੈਠੇ ਸਾਂ। ਗ੍ਰੰਥੀ ਸਿੰਘ ਜੀ ਜਲ ਬਣਾ ਕੇ ਲਿਆਏ ਨਿੰਬੂ ਵਾਲਾ ਛਕਾਉਣ ਵਾਸਤੇ, ਅਤੇ ਉੱਧਰੋਂ ਇੱਕ ਭਾਈ ਸਾਹਿਬ ਕੁਝ ਲਪੇਟੀ ਆਉਣ ਰੁਮਾਲੇ 'ਚ, ਪਿੰਡ ਦੇ ਹੀ ਹੋਣਗੇ, ਗੁਰਦੁਆਰਾ ਸਾਹਿਬ ਦੇ ਅੰਦਰ ਰੱਖ ਆਏ, ਅਤੇ ਗ੍ਰੰਥੀ ਸਿੰਘ ਨੇ ਆਵਾਜ਼ ਮਾਰ ਲਈ, ਕਹਿਣ ਲੱਗਿਆ ਭਾਈ ਸਾਹਿਬ ਆ ਜਾਓ, ਪਾਣੀ ਪੀ ਕੇ ਚਲੇ ਜਾਇਓ, ਗਰਮੀ ਬੜੀ ਹੈ। ਉਹ ਸੱਜਣ ਆ ਗਿਆ, ਕੋਲ ਬਹਿ ਗਿਆ, ਗ੍ਰੰਥੀ ਸਿੰਘ ਨੂੰ ਕਹਿਣ ਲੱਗਿਆ ਵੀ ਕੀ ਲੈ ਕੇ ਆਏ ਹੋ? ਕੋਈ ਖਾਣ ਪੀਣ ਦੀ ਚੀਜ਼ ਹੈ ਤਾਂ ਮੈਂ ਅੰਦਰੋਂ ਚੁੱਕ ਲਿਆ ਵਾਂ, ਸਭ ਛੱਕ ਛਕਾ ਲਈਏ। ਕਹਿਣ ਲੱਗਿਆ ਨਹੀਂ, ਖਾਣ ਵਾਲੀ ਚੀਜ਼ ਤਾਂ ਕੋਈ ਨਹੀਂ, ਉਹ ਬਾਣੀ ਦੀ ਪੋਥੀ ਸੀ ਘਰੇ ਪਈ। ਮੈਂ ਕਿਹਾ ਚਲੋ ਗੁਰਦੁਆਰੇ ਛੱਡ ਆਵਾਂ। ਗ੍ਰੰਥੀ ਸਿੰਘ ਕਹਿਣ ਲੱਗਿਆ ਵੀ ਘਰੇ ਰੱਖਣੀ ਸੀ, ਪੜ੍ਹ ਪੁੜ ਲੈਣੀ ਸੀ ਕਿਤੇ, ਵੀ ਇੱਥੇ ਕੀ ਲੋੜ, ਇੱਥੇ ਤਾਂ ਅੱਗੇ ਗੁਰਬਾਣੀ ਦੇ ਗੁਟਕੇ ਨੇ, ਪੋਥੀਆਂ ਨੇ, ਵੀ ਇੱਥੇ ਜੇ ਤੁਹਾਨੂੰ ਲੋੜ ਹੈ ਤਾਂ ਲੈ ਜਾਇਆ ਕਰੋ, ਤੁਸੀਂ ਇੱਥੇ ਛੱਡ। ਕਹਿਣ ਲੱਗਾ ਨਹੀਂ, ਉਹ ਬਜ਼ੁਰਗ ਪੜ੍ਹਦਾ ਹੁੰਦਾ ਸੀ, ਜਦੋਂ ਦਾ ਚਲਾਣਾ ਕਰ ਗਿਆ ਘਰੇ ਪਈ ਸੀ, ਅਸੀਂ ਸੋਚਿਆ ਕੀ ਕਰਨੀ ਹੈ, ਚਲੋ ਗੁਰਦੁਆਰੇ ਛੱਡ ਆਉਂਦੇ ਹਾਂ।
ਉਹ ਭਾਈ ਸਾਹਿਬ ਬੜੇ ਮਜ਼ਾਕੀ ਹੱਸ ਪਏ, ਕਹਿਣ ਲੱਗਿਆ ਬਾਪੂ ਜ਼ਮੀਨ ਵੀ ਛੱਡ ਗਿਆ ਹੋਣਾ, ਗਰੀਬ ਦੇ ਨਾਂ ਦੋ ਕਨਾਲਾ ਲਾ ਦੇਣੀ ਸੀ, ਮੇਰਾ ਵੀ ਗੁਜ਼ਾਰਾ ਸੌਖਾ ਹੁੰਦਾ ਰਹਿੰਦਾ, ਮੈਂ ਐਵੇਂ ਪੀਪਾ ਚੁੱਕ ਕੇ ਤੁਹਾਡੇ ਘਰਾਂ 'ਚ ਤੁਰਿਆ ਫਿਰਦਾ, ਦੋ ਕਨਾਲਾ ਉਹ ਵੀ ਮੇਰੇ ਨਾਲ ਲਾ ਦੇਣੀ ਸੀ। ਬਾਪੂ ਨੇ ਦੋ ਤਿੰਨ ਛਾਪਾਂ ਵੀ ਪਾਈਆਂ ਹੋਣੀਆਂ, ਉਹ ਲਾ ਲਈਏ, ਇੱਕ ਅੱਧੀ ਮੈਨੂੰ ਦੇ ਜਾਣੀ ਸੀ, ਬਾਣੀ ਦੀ ਪੋਥੀ ਤਾਂ ਮੈਨੂੰ ਦੇ ਚੱਲਿਓ ਵੀ ਭਾਈ, ਗੁਰੂ ਗ੍ਰੰਥ ਸਾਹਿਬ ਵੀ ਪੜ੍ਹੇ, ਪੋਥੀ ਵੀ ਪੜ੍ਹੇ, ਅਤੇ ਬਾਕੀ ਸਾਰਾ ਕੁਝ ਆਪ ਹੜੱਪ ਕਰ ਲਿਆ, ਬੜੇ ਦਾਨ ਲਿਓ, ਤੁਹਾਡੇ ਵਰਗਾ ਸਿਆਣਾ ਕਿਤੋਂ ਕੋਈ ਲੱਭਣਾ? ਇਹਨੂੰ ਘਰੇ ਰੱਖਣਾ, ਜੇ ਤੁਹਾਡਾ ਬਾਪੂ ਪੜ੍ਹਦਾ ਸੀ ਤਾਂ ਬੜੇ ਮਾਣ ਦੀ ਗੱਲ ਸੀ, ਤੁਸੀਂ ਵੀ ਪੜ੍ਹਦੇ, ਆਪਣੇ ਬਾਪ ਦੀ, ਆਪਣੇ ਦਾਦੇ ਦੀ, ਆਪਣੇ ਪੜਦਾਦੇ ਦੀ ਵਿਰਾਸਤ ਨੂੰ ਤੁਸੀਂ ਘਰੋਂ ਕੱਢ ਦਿੱਤਾ ਹੈ, ਤੁਸੀਂ ਬਾਣੀ ਦੀ ਪੋਥੀ ਨਹੀਂ ਛੱਡ ਕੇ ਗਏ, ਤੁਸੀਂ ਆਪਣੇ ਘਰ 'ਚੋਂ ਸਿੱਖੀ ਨੂੰ ਧੱਕਾ ਦੇ ਦਿੱਤਾ ਹੈ। ਖਿਮਾ ਕਰਨਾ, ਜਿਸ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੋਥੀ ਨਹੀਂ, ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਨਹੀਂ, ਨਿਤਨੇਮ ਦੀ ਬਾਣੀ ਦਾ ਕੋਈ ਗ੍ਰੰਥ ਨਹੀਂ, ਉਹ ਘਰ ਦੇ ਵਿੱਚ ਸਿੱਖੀ ਹੈ ਨਹੀਂ, ਇਹ ਭਾਵੇਂ ਕੋਰੇ ਕਾਗਜ਼ 'ਤੇ ਲਿਖਾ ਕੇ ਲੈ ਲਿਓ। ਜਿਸ ਘਰ 'ਚ ਬਾਣੀ ਦੀ ਗੱਲ ਕੋਈ ਨਹੀਂ, ਉੱਥੇ ਸਿੱਖੀ ਕਿੱਥੋਂ ਉੱਤੋਂ ਡਿੱਗ ਪੈਣੀ ਹੈ? ਸਾਧਾਂ ਦੀਆਂ ਜੁੱਤੀਆਂ ਪੂਜਣ ਨਾਲ ਸਿੱਖ ਨਹੀਂ ਬਣਿਆ ਜਾਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾ ਕੇ ਸਿੱਖ ਬਣਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਫੁੱਲੀਆਂ ਖਾਣ ਨਾਲ ਸਿੱਖ ਨਹੀਂ ਬਣਿਆ ਜਾਂਦਾ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਨਾ ਲੈ ਕੇ ਆਈਏ। ਬਾਣੀ ਦਾ ਇਹ ਫੈਸਲਾ, ਸਿੱਖੀ ਸਿੱਖਿਆ ਗੁਰ ਵਿਚਾਰ, ਆ ਉੱਪਰ ਲਿਖ ਕੇ ਲਾਇਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਪੂਰਨਮਾਸ਼ੀਆਂ ਅਤੇ ਮੱਸਿਆ ਨਹਾਉਣ ਨਾਲ ਅਸੀਂ ਉੱਚੇ ਗੁਰਸਿੱਖ ਨਹੀਂ ਹੋ ਜਾਣਾ, ਉਹ ਵੀ ਵਕਤ ਵੇਖੋ ਜਦੋਂ ਜੰਗਲਾਂ ਦੇ ਵਿੱਚ ਸਾਡੇ ਪੁਰਖਿਆਂ ਨੇ ਬਾਣੀ ਦੇ ਪ੍ਰਕਾਸ਼ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਪੜ੍ਹੇ ਨੇ। ਅੱਜ ਸਿੱਖ ਦੇ ਕੋਲ ਇੰਨੇ ਸਾਧਨ ਨੇ, ਤੁਸੀਂ ਮੋਬਾਈਲਾਂ 'ਚ ਬਾਣੀ ਦਾ ਪਾਠ ਸੁਣ ਸਕਦੇ ਹੋ, ਘਰਾਂ 'ਚ ਟੇਪਾਂ ਲਾ ਸਕਦੇ ਹੋ, ਟੀ ਵੀ 'ਤੇ ਆਉਂਦਾ, ਕਈ ਤਾਂ ਇੰਨੇ ਸਿਆਣੇ ਨੇ ਜਦੋਂ ਆਸਾ ਕੀ ਵਾਰ 'ਤੇ ਕਥਾ ਹੁੰਦੀ ਹੈ ਨਾ ਦਰਬਾਰ ਸਾਹਿਬ ਤੋਂ, ਅਤੇ ਟੀ ਵੀ ਵਿਚਾਰੇ ਚਲਾਉਂਦੇ ਹੀ ਨਹੀਂ, ਚੇਤਾ ਭੁੱਲ ਜਾਂਦਾ, ਅਤੇ ਜਦੋਂ ਪਤਾ ਹੋਵੇ ਨਾ ਵੀ ਇਸ ਕੁ ਵੇਲੇ ਜੋਤਸ਼ੀ ਵੀ ਆਉਂਦਾ ਹੁੰਦਾ ਪੀ ਟੀ ਸੀ 'ਤੇ, ਹੁਣ ਸਾਡਾ ਚੈਨਲ ਜੋ ਹੈ ਜੀ ਪੰਥ ਦਾ ਚੈਨਲ ਜੋ ਹੋਇਆ, ਅਤੇ ਜਦੋਂ ਉਹ ਜੋਤਸ਼ੀ ਆਉਣ ਵਾਲਾ ਹੁੰਦਾ ਨਾ, ਫੱਟ ਦੇਣੀ ਆ ਕੇ ਅੱਗੇ ਬਹਿ ਜਾਣਾ ਵੀ ਇਹਦੀ ਗੱਲ ਨਾ ਕੋਈ ਮਿਸ ਹੋ ਜਾਏ, ਇਹਦੀਆਂ ਗੱਲਾਂ ਸਾਰੀ, ਕਿਉਂਕਿ ਇਹਨੇ ਰਾਸ਼ੀਆਂ 'ਚੋਂ ਦੱਸਣੀਆਂ ਨੇ ਵੀ ਅੱਜ ਇਸ ਰਾਸ਼ੀ ਵਾਲੇ ਨੂੰ ਆਹ ਮਿਲਣਾ, ਇਸ ਰਾਸ਼ੀ ਵਾਲੇ ਨੂੰ ਆਹ ਮਿਲਣਾ, ਅਤੇ ਕਈ ਫਿਰ ਬਾਹਰ ਨੂੰ ਪ੍ਰਾਹੁਣਿਆਂ ਵੱਲ ਮੂੰਹ ਚੋਕੇ ਵੀ ਕੀਤਾ ਕਤਰਿਆ ਅਤੇ ਕੱਖ ਨਹੀਂ, ਹੋ ਸਕਦਾ ਰਾਸ਼ੀ ਵਾਲੇ ਨੇ ਦੱਸਿਆ ਸੀ ਵੀ ਆਹ ਮੇਘ ਰਾਸ਼ੀ ਵਾਲੇ ਨੂੰ ਬੜਾ ਕੁਝ ਮਿਲਣਾ, ਅੱਜ ਹੋ ਸਕਦਾ ਭੂਆ ਹੀ ਆ ਜਾਏ ਅੱਜ ਕੇਲੇ ਲੈ ਕੇ, ਹੋ ਸਕਦਾ ਅੱਜ ਕੋਈ ਮਾਮਾ ਹੀ ਆ ਜਾਏ, ਕੋਈ ਚਾਰ ਪੈਸੇ ਹੀ ਦੇ ਜਾਏ, ਉਹ ਇਤਰਾਂ ਫਿਰ ਆਪਣੀਆਂ ਰਾਸ਼ੀਆਂ ਪੂਰੀਆਂ ਕਰਦੇ ਨੇ। ਵਿਹਲੜ ਲੋਕਾਂ ਨੂੰ ਸਵਾਈ ਰੱਖਣ ਦਾ ਢੰਗ ਲੱਭ ਲਿਆ, ਢਕਵਾਂਝ ਲੱਭ ਲਿਆ, ਵਹਿਮ ਸਾਡੇ ਦਿਮਾਗ 'ਚ ਤੁੰਨਿਆ ਜਾ ਰਿਹਾ ਦਿਨ ਰਾਤ, ਸਾਨੂੰ ਆਪਣੀ ਕਮਾਈ 'ਤੇ ਮਾਣ ਕੋਈ ਨਹੀਂ ਰਹਿ ਗਿਆ, ਹੱਡ ਹਰਾਮ ਹੋ ਕੇ ਸਾਨੂੰ ਦੂਜਿਆਂ ਦੇ ਹੱਥਾਂ ਵੱਲ ਤੱਕਣ ਵਾਸਤੇ ਮਜਬੂਰ ਕਰ ਦਿੱਤਾ ਗਿਆ। ਗਰੀਬ ਰਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਤੋਂ ਟੁੱਟਿਆ ਹੋਇਆ ਹੈ ਸਮਾਜ ਪੂਰੀ ਤਰ੍ਹਾਂ ਨਾਲ। ਮੜੀਆਂ ਅਸੀਂ ਪੂਜਦੇ ਹਾਂ, ਟੇਵੇ ਅਸੀਂ ਲਾਉਂਦੇ ਹਾਂ, ਕਿੱਥੇ ਅਸੀਂ, ਉਹ ਕਿਹੜੀ ਥਾਂ ਹੈ ਜਿੱਥੇ ਸਾਡੇ ਲੋਕ ਨਹੀਂ ਜਾਂਦੇ? ਇੱਕ ਉਦਾਹਰਣ ਦਿਆਂ ਛੋਟੀ ਜਿਹੀ, ਦੇਹਰਾਦੂਨ ਵਿੱਚ ਰਾਮ ਰਾਏ ਦਾ ਡੇਰਾ, ਬਾਬਾ ਰਾਮ ਰਾਏ ਦਾ ਡੇਰਾ, ਅੱਜ ਤੱਕ ਉਹਨੂੰ ਭੰਡਦੇ ਆ ਰਹੇ ਆਸ ਪਾਸ ਸਾਰੇ ਰਲ ਮਿਲ ਕੇ, ਜਿੱਥੇ ਵੀ ਪ੍ਰਚਾਰਕ ਬਹਿੰਦਾ ਬਾਬਾ ਰਾਮ ਰਾਏ 'ਤੇ ਤਵਾ ਲਾ ਦਿੰਦਾ, ਆਖਿਓ ਉਹਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਮਹਾਰਾਜ ਨੇ ਉਹਨੂੰ ਕੱਢ ਦਿੱਤਾ, ਬੜਾ ਕੁਝ ਇਹੋ ਜਿਹੀਆਂ ਕਹਾਣੀਆਂ ਸੁਣਦੀਆਂ ਸੁਣਾਉਂਦਿਆਂ ਆਪਾਂ ਸਟੇਜਾਂ 'ਤੇ, ਸਾਰਿਆਂ ਨੂੰ ਪਤਾ ਇਸ ਗੱਲ ਦਾ। ਉੱਥੇ ਨਾ ਮੈਨੂੰ ਗੁਰਦੁਆਰਾ ਸਾਹਿਬ ਦੇ ਇੱਕ ਸੱਜਣ ਸਨ, ਉੱਥੇ ਬਾਣੀ ਦੇ ਕਥਾ ਕਰਨ ਵਾਸਤੇ ਮੈਂ ਗਿਆ ਸਾਂ, ਵਿਸਾਖੀ ਦਾ ਦੀਵਾਨ ਸੀ, ਉਹ ਮੈਨੂੰ ਵਿਖਾਉਣ ਵਾਸਤੇ ਲੈ ਗਏ, ਮੈਂ ਕਿਹਾ ਵਿਖਾ ਕੇ ਅਤੇ ਲਿਆ, ਉੱਥੇ ਹੈ ਕੀ? ਅਸੀਂ ਵੇਖਣ ਵਾਸਤੇ ਚਲੇ ਗਏ, ਮੈਂ ਉਹਨੂੰ ਪੁੱਛਿਆ ਤੁਰਦਿਆਂ ਫਿਰਦਿਆਂ, ਮੈਂ ਕਿਹਾ ਵੀ ਇਹ ਚੱਲਦਾ ਕਿਵੇਂ, ਇੱਥੇ ਮਾਇਆ ਛਾਇਆ ਕਿੱਥੋਂ ਆਉਂਦੀ ਹੈ? ਕਹਿਣ ਲੱਗਾ ਇਹਦੀ ਤਾਂ ਪ੍ਰੋਪਰਟੀ ਬੜੀ ਹੈ, ਅੱਧਾ ਦੇਹਰਾਦੂਨ ਇਸ ਡੇਰੇ ਦਾ ਹੈ, ਦੁਕਾਨਾਂ ਨੇ, ਹਸਪਤਾਲ ਨੇ, ਸਕੂਲ, ਬੜਾ ਕੁਝ, ਇਹਦੀ ਤਾਂ ਜਾਇਦਾਦ ਬਹੁਤ ਹੈ ਡੇਰੇ ਦੀ, ਹੁਣ ਸਰਕਾਰ ਨੇ ਜੋ ਦਿੱਤੀ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤਾਂ ਬਹੁਤੀ ਚਹਿਲ ਪਹਿਲ ਨਹੀਂ,
ਬਹੁਤੀ ਰੌਣਕ ਨਹੀਂ। ਇਹ ਆਪਣੇ ਜਿਹੜੇ ਇੱਥੇ ਦੇਹਰਾਦੂਨ 'ਚ ਸਿੱਖ ਰਹਿੰਦੇ ਨੇ ਇਹ ਕਿੰਨੇ ਕੁ ਜਾਂਦੇ ਨੇ ਇੱਥੇ ਡੇਰੇ 'ਚ? ਕਹਿਣ ਲੱਗਿਆ ਜੀ 95 'ਚੋਂ 5 ਕੁ ਲੋਕ ਹੋਣਗੇ ਜਿਹੜੇ ਜਾਂਦੇ ਹੋਣਗੇ, ਬਹੁਤੇ ਨਹੀਂ ਜਾਂਦੇ। ਮੈਂ ਕਿਹਾ ਫਿਰ ਕਿਵੇਂ ਚੱਲਦਾ ਕੰਮ ਬਾਬਿਆਂ ਦਾ? ਕਹਿਣ ਲੱਗਿਆ ਜੀ ਪੰਜਾਬ ਤੋਂ ਜੋ ਟਰੱਕ ਆਉਂਦੇ ਨੇ ਭਰ ਭਰ ਕੇ, ਵੇਖੋ ਕਿੱਥੇ ਦੇਹਰਾਦੂਨ ਹੈ, ਕਿੱਥੇ ਦੇਹਰਾਦੂਨ ਹੈ, ਪਰ ਪੰਜਾਬ 'ਚ ਬੈਠੇ ਲੋਕਾਂ ਨੂੰ ਪਤਾ ਵੀ ਉੱਥੇ ਹੋਲਾ ਮਹੱਲਾ ਮਨਾਇਆ ਜਾਂਦਾ। ਮੁੜ ਭਾਗ ਸਿੰਘ ਦੇ ਚਲੇ ਜਾਓ, ਕੋਈ ਪਹਾੜੀ ਲੋਕ ਇੰਨੇ ਨਹੀਂ ਆਉਣਗੇ ਜਿੰਨੇ ਪੰਜਾਬ 'ਚੋਂ ਲੋਕ ਟਰੱਕ ਭਰ ਕੇ, ਟਰਾਲੀਆਂ ਕਈਆਂ ਤਾਂ ਕੱਪੜੇ ਝੋਲੇ 'ਚ ਪਾਏ ਨੇ ਅਗਲੀ ਵਿਸਾਖੀ ਨੂੰ ਫਿਰ ਜਾਣਾ ਹੁੰਦਾ, ਵੀ ਚੇਤਾ ਨਾ ਭੁੱਲ ਜਾਏ ਵੀ ਵਿਸਾਖੀ ਆਵੇ ਨਾ ਲੰਘ ਜਾਏ। ਆਹ ਅਨੰਦਪੁਰ ਸਾਹਿਬ ਹੈ ਸਾਡੇ ਲਾਗੇ, ਕਿੰਨੇ ਕੁ ਗਏ ਹਾਂ ਜੀ ਆਪਾਂ ਉੱਥੇ? ਫਤਿਹਗੜ੍ਹ ਸਾਹਿਬ ਕਿੰਨਾ ਕੁ ਗਏ ਹਾਂ? ਕਈ ਤਾਂ ਭਾਗੇ ਐਸੇ ਹੋਣਗੇ, ਆਹ ਕੋਪਰ ਹੀੜ ਹੈ ਸਾਡੇ ਲਾਗੇ, ਘੱਲੂਘਾਰਾ ਸਾਹਿਬ ਗੁਰਦੁਆਰਾ, ਕਈਆਂ ਨੇ ਉੱਥੇ ਜਾ ਕੇ ਅੱਜ ਤੱਕ ਦਰਸ਼ਨ ਨਹੀਂ ਕੀਤੇ ਹੋਣੇ, ਐਸੇ ਐਸੇ ਮਹਾਂਪੁਰਖ ਵੀ ਸੰਗਤ ਵਿੱਚ ਬੈਠੇ ਹੁੰਦੇ ਨੇ, ਖਿਮਾ ਕਰਿਓ। ਕਈ ਐਸੇ ਵੀ ਪਿੰਡ 'ਚ ਸੱਜਣ ਹੋਣਗੇ ਅੱਜ ਤੱਕ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜਦੋਂ ਗ੍ਰੰਥੀ ਸਿੰਘ ਰੁਮਾਲ ਲਾਉਂਦਾ ਹੈ ਨਾ ਬਾਣੀ ਦਾ ਮੁੱਖ ਵਾਕ ਜਾਂ ਪਾਠ ਕਰਨ ਵਾਸਤੇ, ਉਹ ਧੂਪਾਂ 'ਤੇ ਲਾ ਗਏ ਹੋਣਗੇ, ਉਹਨਾਂ ਕਦੇ ਅੱਖ ਭਰ ਕੇ ਨਹੀਂ ਵੇਖਿਆ ਹੋਣਾ ਵੀ ਇਹ ਲਿਖਿਆ ਕਿਹੜੀ ਭਾਸ਼ਾ 'ਚ ਹੈ। ਇਹੋ ਇਹੋ ਜੀ ਦੁਨੀਆ ਬੈਠੀ ਹੈ ਔਰ ਸਿੱਖ ਜਗਤ ਵਿੱਚ ਬੈਠੀ ਹੈ। ਖਿਮਾ ਕਰਨਾ, ਅਸੀਂ ਅਸਮਾਨ ਵੱਲ ਮੂੰਹ ਕਰਕੇ ਤੱਕ ਰਹੇ ਹਾਂ ਵੀ ਸਾਡੀ ਝੋਲੀ 'ਚ ਖੁਸ਼ੀਆਂ ਪੈ ਜਾਣ, ਬਖਸ਼ਿਸ਼ਾਂ ਕਿੱਥੋਂ ਮਿਲ ਜਾਣ? ਅਸੀਂ ਤਾਂ ਧੱਕੇ ਦੇ ਰਹੇ ਹਾਂ ਸੁੱਖ ਨੂੰ ਆਪਣੇ ਘਰ 'ਚੋਂ, ਜਿਸ ਘਰ 'ਚ ਸਿੱਖੀ ਦੀ ਇੱਜ਼ਤ ਨਹੀਂ, ਗੁਰੂ ਦੀ ਇੱਜ਼ਤ ਨਹੀਂ, ਬਾਣੀ ਦਾ ਪਿਆਰ ਨਹੀਂ, ਜਿਸ ਧਰਤੀ ਦੇ ਉੱਤੇ, ਉਸ ਧਰਤੀ ਦੇ ਉੱਤੇ ਜੇ ਦੇਹਧਾਰੀ ਗੁਰੂ ਡੰਮ ਨਾ ਪੈਦਾ ਹੋਵੇ ਤਾਂ ਕੀ ਹੋਵੇ? ਜਿਨ੍ਹਾਂ ਨੂੰ ਗੁਰੂ ਬਾਣੀ ਦੀ ਸੋਝ ਹੀ ਨਹੀਂ, ਚਾਤਰ ਲੋਕ ਆਪਣੇ ਸਰੀਰਾਂ ਨੂੰ ਉੱਥੇ ਮੱਥੇ ਟਿਕਾ ਜਾਂਦੇ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਇੱਕ ਆਖਰੀ ਬੇਨਤੀ ਕਹਿ ਕੇ ਮੈਂ ਖਿਮਾ ਦੇ ਜਾ ਚੁੱਕ ਹੋ ਜਾਣਾ। ਉਹ ਬਜ਼ੁਰਗ ਜਿਹੜੇ ਸਨ, ਉਹ ਮੁਸਲਮਾਨ ਹੋਏ, ਇੱਧਰੋਂ ਪਾਕਿਸਤਾਨ ਚਲੇ ਗਏ, ਕਬਰਾਂ ਕੱਚੀਆਂ ਛੱਡ ਗਏ। ਆਪਾਂ ਇੰਨੇ ਸਿਆਣੇ ਨਿਕਲੇ, ਕਬਰ ਵੀ ਪੱਕੀ ਕੀਤੀ, ਉਹਦੇ ਉੱਤੇ 4-4 ਮੰਜ਼ਲਾ ਬਿਲਡਿੰਗਾਂ ਵੀ ਬਣਾਈਆਂ। ਫਿਰ ਇੰਨੀ ਕੁ ਗੱਲ ਆ ਸਾਡੀ ਰਹਿ ਕਿੱਥੋਂ ਆਉਂਦੀ ਸੀ, ਉੱਥੇ ਮੇਲੇ ਵੀ ਲਾਏ। ਪਹਿਲੋਂ ਕਮਿਸ਼ਨਰ ਜਾਇਆ ਕਰਦੇ ਸਨ, ਢਾਡੀ ਪ੍ਰਚਾਰਕ ਜਾਂਦੇ ਸਨ, ਉਹ ਉੱਥੇ ਜਾ ਕੇ ਬਾਬਿਆਂ ਦੀ ਵਡਿਆਈ, ਇਹ ਫਲਾਨਾ ਸ਼ਾਹ ਬਾਬਾ ਜੀ, ਇਹ ਫਲਾਨਾ ਸ਼ਾਹ ਬਾਬਾ ਜੀ, ਇਹ ਫਲਾਨੇ ਪੀਰ ਜੀ, ਇਹ ਟਮਕਾਣੇ ਪੀਰ ਜੀ। ਉਹ ਗੱਲ ਤਾਂ ਸਿੱਖੀ ਦੀ ਕਰ ਰਹੀ ਸੀ, ਉੱਥੇ ਉਹ ਗੱਲ ਹੋਰ ਹੀ ਕਹਾਣੀ ਪਾ ਕੇ ਬਹਿ ਗਏ। ਉਹ ਫਿਰ ਸਿਆਣੇ ਕੁਝ ਬੰਦਿਆਂ ਨੇ ਸੋਚਿਆ ਵੀ ਗੱਲ ਤਾਂ ਬੜੀ ਮਾੜੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਸ਼ਹਿਨਸ਼ਾਹ ਕਬਰਾਂ 'ਤੇ ਖੜ੍ਹੇ ਜਾਂਦੇ ਨੇ, ਅਤੇ ਉੱਥੇ ਜਾ ਕੇ ਸਾਡੇ ਪ੍ਰਚਾਰਕ ਜਿਹੜੇ ਨੇ ਵੀ ਉਹ ਗੁਰੂ ਦੀ ਗੱਲ ਕਰਨ ਦੀ, ਉੱਥੇ ਬਾਬਿਆਂ ਦੀਆਂ ਘੋੜੀਆਂ ਗਾਈ ਜਾਂਦੇ ਨੇ ਵੀ ਇਹ ਬੰਦ ਕਰੋ ਸਾਰਾ ਕੁਝ, ਇਹ ਠੀਕ ਨਹੀਂ ਹੈਗੀ ਗੱਲ। ਬੰਦ ਕਰ ਦਿੱਤਾ ਜੀ। ਹੁਣ ਆਪਾਂ ਨੂੰ ਤਾਂ ਮੌਕਾ ਚਾਹੀਦਾ ਸੀ। ਉਹ ਜਿਹੜੇ ਉੱਥੇ ਪ੍ਰਬੰਧਕ ਬੈਠੇ ਸੀ ਨਾ, ਉਹਨਾਂ ਆਖਿਆ ਲਓ ਜੀ ਹੁਣ ਮੈਦਾਨ ਖਾਲੀ ਹੈ, ਇਹ ਮੈਦਾਨ ਦੀ ਕਮਾਂਡ ਹੁਣ ਇਹ ਯੁੱਧ ਲੜਨ ਵਾਸਤੇ ਗਾਉਣ ਵਾਲੀਆਂ ਸੰਭਾਲਣਗੀਆਂ, ਗਾਉਣ ਵਾਲੇ ਸੰਭਾਲਣਗੇ। ਕਈ ਤਾਂ ਇਹੋ ਜਿਹੇ ਨੇ, ਆਹ ਪੰਜ ਉਂਗਲਾਂ ਦੇ ਵਿੱਚ ਨਾ 5 ਸਿਗਰਟਾਂ ਉਡਾਈਆਂ ਨੇ ਅਤੇ ਫੂਕ ਰਹੇ ਨੇ, ਅਤੇ ਸਾਡੇ ਵੱਡੇ ਵੱਡੇ ਪੰਜਾਬ ਦੇ ਗਾਇਕ ਉੱਥੇ ਜਾ ਕੇ ਹਾਜ਼ਰੀਆਂ ਭਰ ਰਹੇ ਅਤੇ ਦਹਾਂ ਦਹਾਂ ਦੇ ਨੋਟਾਂ ਦੇ ਝੋਲੇ ਭਰੇ ਉੱਤੋਂ ਦੀ ਸੁੱਟ ਰਹੇ। ਮੈਂ ਇੱਕ ਵੀਡੀਓ ਇੱਕ ਦਿਨ ਮੋਗੇ ਤੋਂ ਬੈਠਾ ਲੁਧਿਆਣੇ ਤੱਕ ਦੀ ਬੱਸ 'ਚ, ਪ੍ਰਚਾਰ ਕਰਨ ਦਾ ਲੋਕਾਂ ਨੇ ਢੰਗ ਵੀ ਨਵਾਂ ਹੀ ਲੱਭਿਆ, ਉਹਦੇ 'ਚੋਂ ਲਾਈ ਹੋਈ ਵੀਡੀਓ, ਗਾਇਕ ਗਾ ਰਿਹਾ, ਉਹਦੇ ਸਿਰ ਦੇ ਉੱਤੋਂ ਦੀ ਪੈਸੇ ਸੁੱਟੇ ਆ, ਝੋਲੇ ਭਰੇ ਹੋਏ ਪੈਸੇ ਉਹਦੇ ਉੱਤੋਂ ਦੀ ਆ, ਨਕੋਦਰ ਲਾ ਕੇ ਡੇਰਾ, ਆਖੇ ਜੈ ਮਸਤਾਂ ਦੀ। ਉਹ ਮਗਰ ਇੱਕ ਝੋਲੇ ਵਾਲਾ ਵੀ ਬੈਠਾ, ਮੇਰੀਆਂ ਵੇਖ ਕੇ ਅੱਖਾਂ ਅੱਡੀਆਂ ਰਹਿ ਗਈਆਂ ਵੀ ਲਓ ਇਹਨਾਂ ਦੇ ਹੀ ਦਰਸ਼ਨ ਰਹਿੰਦੇ ਸਨ, ਉਹ ਵੀ ਹੋ ਗਏ। ਚਿੱਟਾ ਚੋਲਾ ਉਹਨੇ ਪਾਇਆ ਅਤੇ ਸਾਬਤ ਸੂਰਤ ਹੈ, ਜ਼ਰੂਰ ਕੋਈ ਡੇਰੇਦਾਰ ਸਿੱਖ ਹੀ ਹੈ, ਉਹ ਸਿੱਖ ਨਜ਼ਰ ਆ ਰਿਹਾ, ਮਗਰ ਬੈਠਾ ਹੋਇਆ। ਉਹ ਵੀ ਵਿੱਚੋਂ ਉਹਨੂੰ ਵੀ ਲੱਛ ਪੈਂਦੀ ਹੈ ਅਤੇ ਉਹ ਵੀ ਜੇਬ 'ਚੋਂ ਕੱਢਦਾ 40-50 ਰੁਪਈਏ, ਦਸਾਂ ਦੇ ਉਹ ਵੀ ਵਾਰ ਕੇ ਆਉਂਦਾ, ਉਹ ਵੀ ਉੱਥੇ ਹਾਜ਼ਰੀ ਭਰ ਰਿਹਾ। ਹੁਣ ਜਿਨ੍ਹਾਂ ਬਾਬਿਆਂ ਨੇ ਆਪਣੀਆਂ ਉਂਗਲਾਂ 'ਚ 5-5 ਸਿਗਰਟਾਂ ਉਡਾਈਆਂ ਨੇ, ਤੁਸੀਂ ਮੈਨੂੰ ਕੋਈ ਦੱਸ ਦਿਓ, ਜਿਹੜਾ ਬੰਦਾ ਸਿਗਰਟ ਪੀਂਦਾ ਹੈ, ਜਿਹੜੀ ਔਰਤ ਸਿਗਰਟ ਪੀਂਦੀ ਹੈ, ਉਹਦਾ ਭਲਾ ਕਿਵੇਂ ਹੋਣ ਵਾਲਾ ਹੈ? ਉਹ ਸਾਨੂੰ ਤੁਹਾਨੂੰ ਕੀ ਦਏਗਾ?
ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕਰ ਸਕਦਾ ਹੋ? ਤੁਹਾਡੇ ਬੱਚਿਆਂ ਵਾਸਤੇ ਕੋਈ ਕੁਰਬਾਨੀ ਕਰ ਸਕਦਾ ਜੇ ਪੰਜਾਬ ਨੂੰ ਲੋੜ ਪੈ ਜਾਏ ਤਾਂ? ਜੇ ਇਸ ਧਰਤੀ ਦੇ ਉੱਤੇ ਕੋਈ ਦੁਨੀਆ ਦੁਖੀ ਹੈ ਤੇ ਉਹਦਾ ਭਲਾ ਉਹ ਕਿਸ, ਉਹ ਤਾਂ ਆਪਣਾ ਭਲਾ ਨਹੀਂ ਕਰ ਰਿਹਾ, ਦੁਨੀਆ ਭਰ ਦਾ ਧੂੰਆਂ ਤੇ ਉਹ ਆਪ ਫੱਕੀ ਜਾਂਦਾ। ਇਹ ਤਾਂ ਗੱਲ ਅੱਜ ਸਿਗਰਟ ਵੇਚਣ ਵਾਲਿਆਂ ਨੂੰ ਵੀ ਪਤਾ ਹੈ ਵੀ ਇਹ ਤੇ ਨਿਹਰਾ ਜ਼ਹਿਰ ਹੈ, ਕੈਂਸਰ ਹੁੰਦਾ ਹੈ। ਤੁਸੀਂ ਕਦੇ ਫਿਲਮਾਂ ਵੇਖੋ ਟੀਵੀ ਦੇ ਉੱਤੇ, ਉਹਦੇ ਵਿੱਚ ਜਿੱਥੇ ਵੀ ਕੋਈ ਫਿਲਮ ਦੇ ਵਿੱਚ ਬੰਦਾ ਸ਼ਰਾਬ ਪੀ ਰਿਹਾ ਹੋਵੇ ਜਾਂ ਸਿਗਰਟ ਪੀ ਰਿਹਾ ਹੋਵੇ, ਉੱਥੇ ਹੀ ਨਾਲ ਐਡ ਆ ਜਾਂਦੀ ਹੈ ਲਿਖੀ ਹੋਈ ਵੀ ਇਹ ਸਿਹਤ ਵਾਸਤੇ ਹਾਨੀਕਾਰਕ, ਇਹ ਕੈਂਸਰ ਹੁੰਦਾ, ਆਹ ਬਿਮਾਰੀ ਆ। ਇਹ ਮੂਰਖਾਂ ਨੇ ਨਹੀਂ ਲਿਖ ਦਿੱਤੀ, ਇਹ ਉੱਪਰੋਂ ਦਬਾਅ ਪੈ ਗਿਆ ਜਿਹੜੇ ਦੁਨੀਆ ਭਰ ਦੇ ਡਾਕਟਰਾਂ ਦੀ ਜਥੇਬੰਦੀ ਹੈ, ਉਹਨਾਂ ਨੇ ਦਬਾਅ ਪਾਇਆ ਵੀ ਐਡ ਤੁਹਾਨੂੰ ਦੇਣੀ ਪਏਗੀ, ਦੁਨੀਆ ਮਰ ਰਹੀ ਹੈ ਇਹਦੇ ਨਾਲ, ਸੈਂਕੜੇ ਲੋਕ ਇੱਕ ਦਿਨ ਦੇ ਵਿੱਚ ਬਰਬਾਦ ਹੋ ਜਾਂਦੇ ਨੇ, ਕਿਡਨੀਆਂ ਫੇਲ ਹੋ ਰਹੀਆਂ ਨੇ, ਆਹ ਦੁੱਖ ਅਤੇ ਰੋਗ ਲੱਗ ਰਹੇ ਨੇ, ਇਹ ਤੁਹਾਨੂੰ ਦੇਣਾ ਪਏਗਾ ਐਡ ਦੇ ਨਾਲ। ਉਹ ਦਿੱਤਾ ਜਾ ਰਿਹਾ, ਵੇਚਣ ਵਾਲੇ ਵੀ ਫੱਟਾ ਲਾ ਕੇ ਬਹਿ ਗਏ ਨੇ ਇੱਥੇ, ਜਿਨ੍ਹਾਂ ਨੂੰ ਦੁਨੀਆ ਮਹਾਂਪੁਰਖ ਕਹਿ ਰਹੀ ਉਸ, ਉਹਨਾਂ ਨੇ ਪੰਜਾਂ ਉਂਗਲਾਂ ਦੇ ਵਿੱਚ ਸਿਗਰਟਾਂ ਡਾਈਆਂ ਨੇ, ਉਹ ਪੀ ਰਹੇ ਨੇ। ਇਹ ਹਾਲਾਤ ਨੇ ਅੱਜ ਸਾਡੇ। ਗੁਰੂ ਕੇ ਸਿੱਖੋ, ਇੱਕ ਬੇਨਤੀ ਅਖੀਰ ਦੇ ਉੱਤੇ ਕਰਦੇ ਹਾਂ, ਕਿਸੇ ਦਾ ਹੋਏਗਾ ਲੱਖਾਂ ਵਾਲਾ ਦਾਤਾ, ਕਿਸੇ ਦਾ ਹੋਏਗਾ ਹਜ਼ਾਰਾਂ ਵਾਲਾ ਦਾਤਾ, ਕਿਸੇ ਨੇ ਬਹੁਤ ਲਾਲਾਂ ਵਾਲਾ ਪੀਰ ਲੱਭ ਲਿਆ, ਜਿਹਨੇ ਜਿਸ ਪੀਰ ਨੇ ਤੁਹਾਡੇ ਤੋਂ ਲਾਲ ਵਾਰੇ ਨੇ ਨਾ, ਉਹਨੂੰ ਤੁਸੀਂ ਭੁੱਲ ਰਹੇ ਹੋ। ਲਾਲਾਂ ਵਾਲਾ ਪੀਰ ਤੁਸੀਂ ਲੱਭ ਲਿਆ, ਠੀਕ ਹੈ, ਬੜੇ ਖੋਜੀ ਹੋਣ ਦੁਨੀਆ ਦੇ ਲੋਕ, ਲੱਭ ਲਿਆ ਨਵਾਂ ਪੀਰ ਲਾਲਾਂ ਵਾਲਾ, ਪਰ ਜਿਸ ਨੇ ਤੁਹਾਡੇ ਤੋਂ ਲਾਲ ਵਾਰੇ ਨੇ ਉਹਦੇ ਵੱਲ ਪਿੱਠ ਕਰਕੇ ਤੁਸੀਂ ਸੁੱਖ ਲੱਭਦੇ ਹੋ, ਮਿਲਣਾ ਨਹੀਂ ਜੇ। ਤੁਸੀਂ ਲੱਭ ਲਿਆ ਲੱਖਾਂ ਵਾਲਾ ਦਾਤਾ, ਔਰ ਜਿਹਨੇ ਤੁਹਾਨੂੰ ਲੱਖਪਤੀ ਬਣਾ ਛੱਡਿਆ ਬਖਸ਼ਿਸ਼ਾਂ ਦੇ ਨਾਲ, ਉਹਦੇ ਵੱਲ ਪਿੱਠ ਕਰ ਲਈਏ, ਸੁੱਖ ਤੁਹਾਨੂੰ ਲੱਭਣਾ ਨਹੀਂ ਜੇ। ਫੂਕਣਾ ਜਿੰਨਾ ਮਰਜ਼ੀ ਕੌੜਾ ਤੇਲ ਫੂਕ ਲਿਓ, ਇਹਦੇ ਨਾਲ ਕੀ ਫਰਕ ਪੈਂਦਾ? ਵਹਿਮ ਹੈ, ਪੂਰਾ ਕਰਨਾ ਹੈ, ਜਿੰਨਾ ਮਰਜ਼ੀ ਕਰ ਲਿਓ, ਲੱਭਣਾ ਕੱਖ ਨਹੀਂ ਜੇ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਬਚਨ ਕਹਿੰਦੇ ਨੇ, ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਗੱਲ ਕਹਿੰਦੀ ਹੈ, ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਇਹ ਗੁਰਬਾਣੀ ਰਚਣ ਵਾਲੇ ਮਹਾਂਪੁਰਖਾਂ ਦਾ ਕੱਢਿਆ ਹੋਇਆ ਨਿਚੋੜ ਹੈ, ਇਹਨੂੰ ਕੋਈ ਝੂਠਾ ਨਹੀਂ ਕਰ ਸਕਦਾ, ਇਹਦੇ ਕੋਈ ਖਿਲਾਫ ਨਹੀਂ ਜਾ ਸਕਦਾ, ਇਹ ਪਰਮ ਸੱਚ ਹੈ ਜੋ ਗੁਰਬਾਣੀ ਰਚਣ ਵਾਲੇ ਮਹਾਂਪੁਰਖਾਂ ਨੇ ਸਾਡੇ ਨਾਲ ਸਾਂਝਾ ਕੀਤਾ। ਅੱਜ ਨਹੀਂ ਤੇ ਕੱਲ੍ਹ ਮੁੜ ਕੇ ਸਾਨੂੰ ਇੱਥੇ ਹੀ ਆਉਣਾ ਪੈਣਾ, ਅਤੇ ਐਵੇਂ ਕੱਲ੍ਹ ਤੱਕ ਦੀ ਉਡੀਕ ਕਿਉਂ ਕਰੀਏ, ਅੱਜ ਹੀ ਮੋੜੇ ਪਾਉਣ ਦਾ ਯਤਨ ਕਰੋ। ਜਿਨ੍ਹਾਂ ਮਹਾਨ ਪੁਰਖਾਂ ਨੂੰ ਤੁਸੀਂ ਅਰਦਾਸੇ ਵਿੱਚ ਯਾਦ ਕਰਦੇ ਹੋ, ਸਿੰਘਾਂ ਸਿੰਘਣੀਆਂ ਨੂੰ, ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਨੂੰ, ਤੁਸੀਂ ਉਹਨਾਂ ਦੇ ਵਾਰਸ ਹੋ, ਚੇਤਾ ਨਾ ਭੁੱਲ ਜਾਏ ਇਸ ਗੱਲ ਦਾ। ਇਸ ਕਰਕੇ ਅਰਦਾਸ ਵਿੱਚ ਉਹਨਾਂ ਸ਼ਹੀਦਾਂ ਦਾ, ਉਹਨਾਂ ਮਹਾਂਪੁਰਖਾਂ ਦਾ, ਗੁਰੂਆਂ ਦਾ, ਉਹਨਾਂ ਸਾਹਿਬਜ਼ਾਦਿਆਂ, ਪੰਜਾਂ ਪਿਆਰਿਆਂ, 40 ਮੁਕਤਿਆਂ ਦਾ ਨਾਮ ਦਰਜ ਕੀਤਾ ਗਿਆ, ਤਾਂ ਕਿ ਹਰ ਮਾਈ ਭਾਈ, ਹਰ ਬੱਚਾ, ਬਜ਼ੁਰਗ ਜਦੋਂ ਅਰਦਾਸੇ ਵਿੱਚ ਸ਼ਾਮਲ ਹੋਵੇ ਤਾਂ ਉਹਨੂੰ ਚੇਤਾ ਆਏ, ਇਹ ਮੇਰੇ ਬਜ਼ੁਰਗਾਂ ਦੇ ਨਾਂ ਦੇ ਉੱਤੇ ਅਰਦਾਸਾ ਹੋ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਰਪਾ ਕਰਨ, ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਗੁਰਮਤਿ ਸਮਾਗਮ ਆਪ ਅਗੇਤੇ ਹੋ ਕੇ ਉਲੀਕੇ, ਬੜੀ ਮਿਹਨਤ ਕਰਨੀ ਪੈਂਦੀ ਹੈ ਸਾਨੂੰ ਪਤਾ ਗੁਰਮਤਿ ਸਮਾਗਮ ਵਾਸਤੇ। ਇੱਕ ਆਖਰੀ ਉਦਾਹਰਣ ਦਿਆਂ, ਸੰਗਰਾਂਦ ਦਾ ਦਿਨ ਹੋਵੇ ਨਾ, ਭਾਈ ਸਾਹਿਬ ਨੂੰ ਅਨਾਊਂਸਮੈਂਟਾਂ ਕਰਨੀਆਂ ਪੈਂਦੀਆਂ ਨੇ, ਫਿਰ ਕਿਤੇ ਮਸਾਂ ਜਾ ਕੇ 15-20 ਪ੍ਰਾਣੀ ਗੁਰਦੁਆਰੇ 'ਚ ਜੁੜਦੇ ਨੇ। ਜੇ ਗੁਰਪੁਰਬ ਆਉਂਦੇ ਨੇ, ਸ਼ਹੀਦੀ ਦਿਹਾੜੇ ਜੇ ਕਿਸੇ ਗੁਰਦੁਆਰੇ 'ਚ ਮਨਾਇਆ ਜਾਂਦਾ, ਅਤੇ ਫਿਰ ਭਾਈ ਸਾਹਿਬ ਕਿੰਨੀਆਂ ਅਨਾਊਂਸਮੈਂਟਾਂ ਕਰਦੇ, ਰੌਲਾ ਰੱਪਾ ਪਾਉਂਦੇ ਵੀ ਖੰਡ ਪਾਠ ਪ੍ਰਕਾਸ਼ ਹੋ ਰਿਹਾ ਵੀ ਆ ਜਾਓ, ਕੱਲ੍ਹ ਨੂੰ ਢਾਡੀ ਜਥਾ ਆਉਣਾ ਵੀ ਗੁਰਦੁਆਰੇ 'ਚ ਭੋਗ ਪੈਣਾ, ਗੁਰੂ ਸਾਹਿਬ ਦਾ ਆਪਾਂ ਪ੍ਰਕਾਸ਼ ਪੁਰਬ ਸ਼ਹੀਦੀ ਦਿਹਾੜਾ ਮਨਾ, ਫਿਰ ਕਿਤੇ ਜਾ ਕੇ ਮਸਾਂ ਹੀ 50-60 ਪ੍ਰਾਣੀ ਪਿੰਡ ਦੇ ਇਕੱਠੇ ਹੁੰਦੇ ਨੇ। ਕਦੇ ਕਿਸੇ ਕਬਰ ਦੇ ਉੱਤੇ ਤੁਸੀਂ ਬੁੱਧਵਾਰ ਨੂੰ ਅਨਾਊਂਸਮੈਂਟ ਹੁੰਦੀ ਸੁਣੀਏ ਵੀ ਕੱਲ੍ਹ ਨੂੰ ਵੀਰਵਾਰ ਹੈ? ਦੱਸੋ, ਹੁੰਦੀ ਸੁਣੀਏ ਕਿਸੇ ਨੇ ਨਾ?
ਮਾਈ ਇੱਕ ਦਿਨ ਸ਼ੀਸ਼ੀ ਖਾਲੀ ਕਰਕੇ ਆਈ, ਆਉਂਦੇ ਹੀ ਉਹਨੇ ਵੀਰਵਾਰ ਭਰ ਕੇ ਰੱਖ ਲਈ ਵੀ ਸ਼ੀਸ਼ੀ ਵੱਲ ਵੇਖ ਕੇ ਚੇਤਾ ਰਹੇ ਵੀ ਅਗਲੇ ਵੀਰਵਾਰ ਵੀ ਜਾਣਾ। 8 ਦਿਨਾਂ ਨੂੰ ਆਉਣ ਵਾਲਾ ਵੀਰਵਾਰ ਪਹਿਲਾਂ ਹੀ ਪ੍ਰਬੰਧ ਕਰ ਰੱਖਿਆ, ਆਪਣਾ ਹੀ ਕੈਲੰਡਰ ਬਣਾਇਆ ਸ਼ੀਸ਼ੀ ਕੈਲੰਡਰ। ਹੁਣ ਗੌਰ ਕਰਿਓ ਇਸ ਗੱਲ ਵੱਲ, ਇੱਥੇ ਭਾਈ ਸਾਹਿਬ ਦੀਆਂ ਰਗਾਂ ਬਹਿ ਗਈਆਂ 9 ਮਿੰਟਾਂ ਕਰ ਕਰਕੇ, ਇੱਧਰ ਕੋਈ ਆਉਣ ਵਾਸਤੇ ਰਾਜ਼ੀ ਨਹੀਂ। ਜੇ ਇਦੋਂ ਵੱਡਾ ਬੇੜਾ ਗਰਕਣ ਦਾ ਸਾਡਾ ਕਾਰਨ ਹੋਰ ਕੀ ਹੋ ਸਕਦਾ? ਇਹ ਕਾਫੀ ਨਹੀਂ ਹੈ? ਗੁਰੂ ਤੋਂ ਬੇਮੁੱਖ ਹੋ ਜਾਣ ਦੀਆਂ ਨਿਸ਼ਾਨੀਆਂ ਨਹੀਂ? ਗੁਰੂ ਕੇ ਸਿੱਖੋ, ਇਹਨਾਂ ਗੱਲਾਂ ਵੱਲ ਥੋੜ੍ਹਾ ਜਿਹਾ ਧਿਆਨ ਦੇਈਏ, ਆਪਣੇ ਪੁਰਖਿਆਂ ਨੂੰ ਯਾਦ ਕਰਿਆ ਕਰੀਏ। ਅਤੇ ਸਮਾਗਮ ਰਚਨੇ ਬੜੇ ਔਖੇ ਹੁੰਦੇ ਨੇ, ਸਾਰਾ ਸਾਰ ਕਈ ਕਈ ਦਿਨ ਕੰਮ ਛੱਡਣੇ ਪੈਂਦੇ ਨੇ ਘਰਾਂ ਦੇ। ਔਰ ਮੈਂ ਆਪ ਸਭ ਮਾਈ ਭਾਈ ਨੂੰ ਬੇਨਤੀ ਕਰਾਂਗਾ, ਇਹ ਤੁਹਾਡੇ ਪੁਰਖਿਆਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਕਤ ਕਰਕੇ ਪੰਜਾਬ ਵੱਸਦਾ, ਹੋਰ ਕਿਸੇ ਐਰੇ ਗੈਰੇ ਦਾ ਕਰਕੇ ਪੰਜਾਬ ਜਿਉਂਦਾ ਵੱਸਦਾ ਨਹੀਂ। ਅੱਜ ਸਿੱਖਾਂ ਦੀ ਹੋਂਦ ਸਾਡੇ ਗੁਰੂ ਸਾਹਿਬਾਨਾਂ ਅਤੇ ਮਹਾਨ ਪਰਉਪਕਾਰੀ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ, ਜਿਨ੍ਹਾਂ ਨੇ 35,000 ਸਿੱਖ ਕੱਲੂ ਘਾਰੇ ਦੇ ਵਿੱਚ ਇੱਕ ਦਿਨ ਵਿੱਚ ਸ਼ਹੀਦ ਹੋਏ, ਜਿਨ੍ਹਾਂ ਦਾ ਸਥਾਨ ਤੁਹਾਡੇ ਨੇੜੇ ਬਣਿਆ ਹੋਇਆ, ਇਹ ਉਹਨਾਂ ਦਾ ਕਰਕੇ ਕੌਮਾਂ ਜਿਉਂਦੀਆਂ ਨੇ। ਇਸ ਕਰਕੇ ਇਹਨਾਂ ਸਮਾਗਮਾਂ ਨੂੰ ਰਚਣ ਵਾਸਤੇ ਹਰ ਮਾਈ ਭਾਈ ਹੰਬੜਾ ਮਾਰਿਆ ਕਰੋ, ਆਪਣੇ ਸਿੱਖ ਹੋਣ ਦਾ ਅਹਿਸਾਸ ਰੱਖੋ ਆਪਣੇ ਮਨਾਂ ਅੰਦਰ ਵੀ ਅਸੀਂ ਗੁਰੂ ਨਾਨਕ ਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਦੇ ਸਿੱਖ ਹਾਂ, ਔਰ ਅਸੀਂ ਇਸ ਪੰਜਾਬ ਦੇ ਜਾਏ ਅਤੇ ਵਾਰਸ ਅਤੇ ਅਸਲ ਮਾਲਕ ਅਸੀਂ ਹਾਂ ਇਸ ਪੰਜਾਬ ਦੇ। ਇਹਨੂੰ ਬਚਾਉਣਾ ਵੀ ਅਸੀਂ ਹੈ, ਇਹਨੂੰ ਬਣਾਉਣਾ ਵੀ ਅਸੀਂ ਹੈ, ਅਤੇ ਇਹਨੂੰ ਸੰਵਾਰਨਾ ਵੀ ਅਸੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ। ਸਭਨਾਂ ਦਾ ਧੰਨਵਾਦ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।